ਸਮਾਜ ਵਿੱਚ ਆਪਣਾ ਪ੍ਰਭਾਵ ਬਣਾਉਣ ਲਈ, ਵੱਧ ਤੋਂ ਵੱਧ ਦਾਜ ਦੇਣ ਲਈ, ਕਰਜ਼ੇ ਚੁੱਕਣ ਤੋਂ ਲੈ ਕੇ ਆਪਣਾ ਘਰ ਤੱਕ ਗਿਰਵੀ ਰੱਖਣ ਤੋਂ ਸੰਕੋਚ ਤੱਕ ਨਹੀਂ ਕਰਦੇ। ਬਸ ਇੱਥੋਂ ਹੀ ਸ਼ੁਰੂ ਹੁੰਦੀ ਹੈ ਇੱਕ ਹੋਰ ਸਮਾਜਿਕ ਬੁਰਾਈ, ਜਿਸ ਦਾ ਨਾਮ ਹੈ ਭਰੂਣ ਹੱਤਿਆ। ਦਾਜ ਦੇਣ ਦੇ ਇਸ ਭੈੜੇ ਵਰਤਾਰੇ ਨੂੰ ਦੇਖਦਿਆਂ ਹਰ ਉਹ ਪਰਿਵਾਰ ਜੋ ਆਪਣੀ ਰੋਟੀ ਜਾਂ ਰਹਿਣ ਲਈ ਛੱਤ ਤੱਕ ਬੜੀ ਮੁਸ਼ਕਤ ਨਾਲ ਬਣਾਉਣ ਲਈ ਯਤਨ ਕਰਦਾ ਹੈ, ਆਪਣੇ ਘਰ ਵਿੱਚ ਬੱਚੀ ਦਾ ਜਨਮ ਹੋਣ ਦੇ ਨਾਮ ਤੋਂ ਵੀ ਡਰ ਕੇ ਭਰੂਣ ਹੱਤਿਆ ਵਰਗੇ ਪਾਪ ਦਾ ਭਾਗੀਦਾਰ ਬਣ ਜਾਂਦਾ ਹੈ, ਤਾਂ ਜੋ ਉਹ ਦਾਜ ਦੀ ਮਾਰ ਤੋਂ ਬਚ ਸਕੇ। ਵਿਆਹ ਦੀ ਇਸ ਸਾਰੀ ਖੇਡ 'ਚੋਂ ਇੱਕ ਹੋਰ ਬਿਮਾਰੀ ਜਨਮ ਲੈਂਦੀ ਹੈ, ਜਿਸ ਦਾ ਨਾਮ ਹੈ ਜਾਤ ਪ੍ਰਥਾ। ਇਹ ਵੀ ਸਾਡੀਆਂ ਮਾਨਸਿਕ ਕਮਜ਼ੋਰੀਆਂ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਦਰਅਸਲ ਆਨੰਦ ਕਾਰਜ ਵਰਗਾ ਪਵਿੱਤਰ ਰਿਸ਼ਤਾ ਇੱਕ ਵਪਾਰ ਬਣ ਕੇ ਰਹਿ ਗਿਆ ਹੈ, ਜਿਸ ਦੇ ਸਿੱਟੇ ਵਜੋਂ ਘਰੇਲੂ ਕਲਾ ਕਲੇਸ਼, ਰਿਸ਼ਤਿਆਂ ਵਿੱਚ ਤਰੇੜਾਂ ਅਤੇ ਤਲਾਕ ਤੱਕ ਦਾ ਸਾਹਮਣਾ ਕਰਦੇ ਅਨੇਕਾਂ ਪਰਿਵਾਰ ਦੇਖੇ ਜਾ ਸਕਦੇ ਹਨ। ਇਸ ਕਹਾਣੀ ਰਾਹੀਂ ਅਸੀਂ ਅਜਿਹੀਆਂ ਸਮਾਜਿਕ ਬੁਰਾਈਆਂ ਨੂੰ ਤਾਂ ਵਿਅੰਗਮਈ ਅੰਦਾਜ਼ ਨਾਲ ਬਿਆਨ ਕਰਨ ਦਾ ਨਿਮਾਣਾ ਯਤਨ ਕੀਤਾ ਹੈ, ਤੇ ਨਾਲ ਹੀ ਇਸਤਰੀ ਜਾਤੀ ਨੂੰ ਜਾਗਰੂਕ ਰਹਿ ਕੇ ਇਸ ਬੁਰਿਆਈ ਦਾ ਟਾਕਰਾ ਬਹਾਦਰੀ ਨਾਲ ਕਰਨ ਦਾ ਵੀ ਸੁਨੇਹਾ ਦਿੱਤਾ ਹੈ। ਇਸ ਕਹਾਣੀ ਦੇ ਸਾਰੇ ਕਿਰਦਾਰ ਕਾਲਪਨਿਕ ਅਤੇ ਨਿਸ਼ਕਾਮ ਹਨ, ਜਿਨ੍ਹਾਂ ਨੇ ਆਪਣੇ ਸਮੇਂ ਅਤੇ ਧਨ ਦੇ ਦਸਵੰਧ ਦੀ ਵਰਤੋਂ ਕਰਦਿਆਂ ਇਸ ਕਾਰਜ ਨੂੰ ਸਫਲਾ ਬਣਾਇਆ ਹੈ। ਅਦਾਰਾ ਗੁਰਸਿੱਖ ਫੈਮਿਲੀ ਕਲੱਬ ਸਮੂਹ ਸੰਗਤ ਅਤੇ ਸਹਿਯੋਗੀਆਂ ਦਾ ਅਤਿ ਧੰਨਵਾਦੀ ਹੈ, ਜਿਨ੍ਹਾਂ ਨੇ ਇਸ ਕਾਰਜ ਦੀ ਸਫਲਤਾ ਲਈ ਆਪਣਾ ਕੀਮਤੀ ਸਮਾਂ ਤੇ ਕਿਰਤ ਕਮਾਈ ਨੂੰ ਲੇਖੇ ਲਗਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ, ਉਹ ਜੇ ਗੂੰਗੇ ਹੋ ਤਾਂ ਫੋਨ ਹੀ ਕਿਉਂ ਕਰਦੇ ਹੋ? ਪਤਾ ਨਹੀਂ ਯਾਰ, ਕਿਹੜੇ ਵਿਹਲੜ ਲੱਗੇ ਰਹਿੰਦੇ ਆ ਫੋਨ ਤੇ। ਹੈਲੋ, ਨਹੀਂ ਜੀ ਮੈਂ ਪਾਟੀਆ ਬੋਲ ਰਿਹਾ। ਨਹੀਂ ਜੀ, ਰੋਂਗ ਨੰਬਰ। ਇਸ ਕੇਸ 'ਚ ਦਮ ਲੱਗਦਾ, ਬਾਕੀ ਤਾਂ ਮਿਲਣ 'ਤੇ ਹੀ ਪਤਾ ਲੱਗੂ ਕਿ ਤਿਲਾਂ ਵਿੱਚ ਕਿੰਨਾ ਕੁ ਤੇਲ ਹੈ। ਹੈਲੋ, ਹਾਂਜੀ ਮੈਂ ਲੁਧਿਆਣੇ ਤੋਂ ਬੋਲ ਰਿਹਾ, ਮਾਲਕੋ ਭਾਟੀਆ ਬੋਲ ਰਿਹਾ। ਹੈਲੋ, ਬੋਲੋ ਕਿਸ ਨੂੰ ਮਿਲਣਾ ਹੈ, ਤੁਸੀਂ ਕੌਣ? ਉਹ ਯਾਰ, ਰੱਬ ਨੇ ਦੋ ਦੋ ਅੱਖਾਂ ਦਿੱਤੀਆਂ ਨੇ। ਉਹ ਭਾਟੀਆ ਬੋਲ ਰਿਹਾ, ਭਾਟੀਆ ਘਟੀਆ ਸਾਹਿਬ ਨੀ, ਭਾਟੀਆ ਸਾਹਿਬ। ਪਰਪੁਰ ਕੁਝ ਨੀ, ਠੀਕ ਹੈ। ਮੈਂ ਅਖਬਾਰ ਚ ਰਿਸ਼ਤੇ ਦੀ ਐਡ ਦੇਤੀ, ਇਹਦਾ ਮਤਲਬ ਇਹ ਨੀ ਮੈਂ ਘਟੀਆ ਹੋ ਗਿਆ। ਹੈਂ, ਅਖਬਾਰ ਚ ਘਟੀਆ ਲਿਖਿਆ? ਉਹ ਬੀ ਦੀ ਥਾਂ ਜੀ ਛਪ ਗਿਆ ਗਲਤੀ ਨਾ, ਇਹਦਾ ਮਤਲਬ ਇਹ ਨੀ ਮੈਂ ਘਟੀਆ ਹੋ ਗਿਆ। ਠੀਕ ਹੈ, ਚੱਲ ਰੱਖ ਹੁਣ। ਵਧੀਆ ਵਧੀਆ ਪਾਈ ਜਰਾ। ਪਹਿਲੇ ਭਾਟੀਆ ਨੂੰ ਫੋਨ ਕਰ ਲਾ ਮੈਂ ਜਰਾ। ਉਹ ਯਾਰ, ਤੈਨੂੰ ਇੱਕ ਵਾਰ ਸਮਝਾਇਆ, ਸਮਝ ਨੀ ਆਉਂਦੀ? ਮੈਂ ਭਾਟੀਆ ਬੋਲ ਰਿਹਾ, ਮੈਨੂੰ ਲੱਗਦਾ ਜਾਂ ਤਾਂ ਤੈਨੂੰ ਉੱਚੀ ਸੁਣਦਾ ਜਾਂ ਤੇਰੇ ਦਿਮਾਗ 'ਚ ਕੋਈ ਨੁਕਸ ਹੈ ਜਿਹੜਾ ਦੁਬਾਰਾ ਫੋਨ ਕਰੀ ਜਾਂਦਾ। ਤੂੰ ਹੈ ਕੌਣ? ਹੁਣ ਮੈਂ ਕੌਣ ਹੋ ਗਿਆ? ਮੈਂ ਤੇਰਾ ਜੀਜਾ ਬੋਲਦਾ, ਤੇਰਾ ਜੀਜਾ। ਜੀਜਾ ਜੀ, ਸੋਰੀ ਸੋਰੀ, ਮੇਰੇ ਦਿਮਾਗ 'ਚ ਨੁਕਸ ਉਦੋਂ ਦਾ ਪੈ ਗਿਆ ਸੀ ਜਦ ਤੁਹਾਡੇ ਘਰ ਆ ਕੇ ਮੈਂ ਆਪਣਾ ਰਿਸ਼ਤਾ ਜੋੜਿਆ ਸੀ। ਪਤਾ ਨੀ ਕਿੱਥੋਂ ਪਾਗਲਾਂ ਦੇ ਟੱਬਰ ਨਾਲ ਮੇਰਾ ਵਾਹ ਪੈ ਗਿਆ। ਪਹਿਲਾਂ ਮੇਰੀ ਇੱਕ ਮਿੰਟ ਗੱਲ ਤਾਂ ਸੁਣੋ, ਗਲਤੀ ਹੋ ਗਈ ਸਰ, ਗਲਤੀ ਹੋ ਗਈ। ਉਹ ਸੁਣ ਸੁਣਾਉਣ ਨੂੰ ਰਹਿ ਕੀ ਗਿਆ, ਸਭ ਕੁਝ ਤਾਂ ਤੂੰ ਮੈਨੂੰ ਸੁਣਾ ਤਾ। ਇਹ ਠੀਕ ਹੈ, ਪਹਿਲੇ ਜੀਜੇ ਦੀ ਪੱਗ ਉਛਾਲ ਦਿਓ
ਤੇ ਬਾਅਦ ਵਿੱਚ ਕਹੋ ਸੌਰੀ। ਵਾਹ ਭਾਈ ਵਾਹ ਭਟਿਆ, ਹੁਣ ਤਾਂ ਤੈਨੂੰ ਮੈਂ ਸਿਖਾਉਂਗਾ ਜੀਜੇ ਦੀ ਜਿੱਤ ਕਿਵੇਂ ਕਰੀਦੀ ਹੈ। ਸੌਰੀ ਸੌਰੀ ਜੀਜਾ ਜੀ, ਸੌਰੀ ਸੌਰੀ, ਮੈਂ ਮਾਫੀ ਮੰਗਦਾ, ਮੈਂ ਤੁਹਾਡਾ ਨੰਬਰ ਫੀਡ ਨਹੀਂ ਸੀ ਕੀਤਾ, ਮੈਂ ਧਿਆਨ ਨਹੀਂ, ਗਲਤੀ ਹੋ ਗਈ, ਮੈਂ ਸੌਰੀ ਮੰਗਦਾ ਤੁਹਾਡੇ ਕੋਲੋਂ। ਵਾਲਾ ਕਰ ਆਪਣੀ ਭੈਣ ਨਾਲ ਗੱਲ। ਹਾਂ ਵੀਰੇ, ਕੀ ਕਹਿਤਾ ਇਹਨਾਂ ਨੂੰ, ਐਵੇਂ ਨਾਸਾਂ ਬੁਲਾਈ ਫਿਰਦੇ ਨੇ। ਉਹ ਨਹੀਂ ਭੈਣ, ਮੈਂ ਧਿਆਨ ਨਹੀਂ ਦਿੱਤਾ, ਤੈਨੂੰ ਤਾਂ ਪਤਾ ਹੀ ਹੈ ਮੈਂ ਤਾਂ ਬਹੁਤਾ ਬੋਲਦਾ ਹੀ ਨਹੀਂ ਹਾਂ। ਇਹ ਜੀਜਾ ਪਤਾ ਨਹੀਂ ਕਿਉਂ ਆਕੜਿਆ ਰਹਿੰਦਾ ਹੈ। ਇਹ ਤਾਂ ਮੈਨੂੰ ਪਤਾ ਹੈ ਤੂੰ ਕਿੰਨਾ ਕੁ ਬੋਲਦਾ ਹੈ। ਤੈਨੂੰ 50 ਵਾਰੀ ਸਮਝਾਇਆ ਜੀਜੇ ਦੀ ਕਦਰ ਕਰਨੀ ਸਿੱਖ। ਇੱਕ ਤਾਂ ਸਾਡੇ ਨਾਲ ਸਲਾਹ ਕੀਤੇ ਬਿਨਾਂ ਮੁੰਡੇ ਦੇ ਰਿਸ਼ਤੇ ਲਈ ਤੂੰ ਅਖਬਾਰ 'ਚ ਦੇ ਦਿੱਤਾ, ਤੇ ਹੁਣ ਤੂੰ ਪੁੱਛਦਾ ਜੀਜਾ ਜੀ ਨਾਰਾਜ਼ ਕਿਉਂ ਨੇ। ਇਹਨਾਂ ਵਿਚਾਰਿਆਂ ਨੇ ਤਾਂ ਸਵੇਰ ਦਾ ਕੁਝ ਨਹੀਂ ਖਾਧਾ। ਹੁਣ ਤੂੰ ਇਹਨਾਂ ਕੋਲੋਂ ਘਰ ਆ ਕੇ ਮਾਫੀ ਮੰਗੇਗਾ ਤਾਂ ਹੀ ਇਹ ਮੰਨਣਗੇ, ਨਹੀਂ ਤਾਂ ਮੈਂ ਆਨੀ ਆ ਤੇਰੇ ਘਰ ਟੱਚੀ ਲੈ ਕੇ। ਉਹ ਨਾ 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 ਭੈਣ, ਤੂੰ ਨਾ ਆਈ, ਤੂੰ ਨਾ ਆਈ, ਮੈਂ ਸਿੱਧਾ ਤਿਆਰ ਹੋ ਕੇ ਤੇਰੇ ਘਰੇ ਆਉਣਾ, ਆ ਕੇ ਜੀਜੇ ਤੋਂ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾ। ਅੱਛਾ ਗੱਲ ਸੁਣ, ਆਂਦਾ ਹੋਇਆ ਛੋਲੇ ਭਟੂਰੇ ਲੈਂਦਾ ਆਈ, ਕੀ ਪਤਾ ਖਾ ਕੇ ਗੁੱਸਾ ਠੰਡਾ ਹੋ ਜਾਏ ਤੇਰੇ ਜੀਜਾ ਜੀ ਦਾ। ਹੌਲੀ ਬੋਲੋ, ਐਵੇਂ ਸੰਗ ਪਾੜੀ ਜਾਂਦੇ ਹੋ, ਜੇ ਏਦਾਂ ਹੀ ਬੋਲਣਾ ਨਾ ਤਾਂ ਫੋਨ ਰੱਖ ਦਿਓ, ਉਂਝ ਹੀ ਜੀਜਾ ਜੀ ਤੱਕ ਆਵਾਜ਼ ਪਹੁੰਚ ਜਾਏਗੀ। ਇੱਕ ਤਾਂ ਜੀਜਾ ਜੀ ਐਂ ਰੁੱਸਦੇ ਆ ਜਿਵੇਂ ਨਵੀਂ ਵਿਆਹੀ ਵਹੁਟੀ, ਰੋਜ਼ ਰੋਜ਼ ਦੇ ਪੰਗਿਆਂ ਤੋਂ ਮੈਂ ਤਾਂ ਦੁਖੀ ਹੋ ਗਿਆ। ਰੋਜ਼ ਰੋਜ਼ ਮਾਫੀਆਂ ਮੰਗਣੀਆਂ, ਮਿਹਨਤਾਂ ਕਰਨੀਆਂ, ਗਿਫਟਾਂ ਲਿਜਾ ਕੇ ਦੇਣੀਆਂ, ਪਤਾ ਨੀ ਪਾਪਾ ਜੀ ਨੇ ਕਿੱਥੋਂ ਲੱਭ ਲਿਆ ਇਹੋ ਜਿਹਾ ਜਵਾਈ। ਤੁਹਾਨੂੰ ਤੁਹਾਡੇ ਵਰਗਾ ਹੀ ਟੱਕਰੇ ਹੈ, ਇੱਕ ਤਾਂ ਸਵੇਰ ਸਵੇਰੇ ਅਖਬਾਰ ਅੱਗੇ ਬਹਿ ਕੇ ਸਾਰੀ ਦੁਨੀਆਂ ਦਾ ਬੋਝ ਆਪਣੇ ਸਿਰ ਤੇ ਪਾ ਲੈਂਦੇ ਹੋ, ਚਾਹ ਦੇ ਕੱਪ ਖਾਲੀ ਕਰੀ ਜਾਣਾ ਤੇ ਅਖਬਾਰ ਵਿੱਚੋਂ ਗਲਤੀਆਂ ਲੱਭੀ ਜਾਣਾ। ਤੁਹਾਡੇ ਤਾਂ ਇਸ ਨਿੱਤ ਦੇ ਕੰਮ ਤੋਂ ਮੈਂ ਪਰੇਸ਼ਾਨ ਹੋ ਗਈ ਆ। ਡੈਡੀ ਜੀ, ਤੁਸੀਂ ਤਾਂ ਅਖਬਾਰ ਨੂੰ ਐਵੇਂ ਪੈਂਦੇ ਜਿਵੇਂ ਮੁਰਗੀ ਖੰਗਾਰ ਨੂੰ। ਮੈਂ ਤੁਹਾਨੂੰ ਰੋਜ਼ ਰੋਜ਼ ਕਹਿੰਦਾ ਮੈਨੂੰ ਨਵੇਂ ਸਕੂਲ ਦੀ ਯੂਨੀਫਾਰਮ ਲੈ ਦਿਓ, ਉੱਥੇ ਬਿੱਲਾ ਵੀਰੇ ਵੀ ਫਟੇ ਕੱਪੜੇ ਪਾ ਕੇ ਸੁੱਤਾ ਪਿਆ, ਤੁਸੀਂ ਇੱਥੇ ਅਖਬਾਰ ਪੜ੍ਹੀ ਜਾਂਦੇ ਹੋ, ਤੁਹਾਨੂੰ ਸਾਡੀ ਫਿਕਰ ਨਹੀਂ ਹੈਗੀ? ਹਜੇ 6 ਮਹੀਨੇ ਪਹਿਲਾਂ ਤਾਂ ਤੈਨੂੰ ਯੂਨੀਫਾਰਮ ਲੈ ਕੇ ਦਿੱਤੀ ਸੀ। ਜੇ ਇਹੀ ਕੰਮ ਕਰਨਾ ਸੀ ਨਾ ਤਾਂ ਕਿਸੇ ਅਖਬਾਰ ਵਿੱਚ ਪ੍ਰੂਫ ਰੀਡਰ ਦੀ ਨੌਕਰੀ ਕਰ ਲੈਂਦੇ, ਘੱਟ ਤੋਂ ਘੱਟ 2 ਪੈਸੇ ਤਾਂ ਵਾਧੂ ਘਰ 'ਚ ਆਉਣੇ ਸ਼ੁਰੂ ਹੋ ਜਾਂਦੇ। ਲੈ ਛੋਟੇ ਬੰਦੇ ਛੋਟੀ ਸੋਚ। ਉਹ ਕਮਲੀਏ, ਨੌਕਰੀ ਕਰਨ ਮੇਰੇ ਦੁਸ਼ਮਣ, ਨੌਕਰੀ ਤਾਂ ਉਹ ਕਰਦੇ ਜਿਨ੍ਹਾਂ ਦੇ ਪਿਓ ਦਾਦੇ ਕੋਲ ਛੱਡ ਕੇ ਨਾ ਗਏ ਹੋਣ। ਸਾਡੇ ਤਾਂ ਪਿਓ ਦਾਦੇ ਜ਼ਮੀਨ ਜਾਇਦਾਦਾਂ ਛੱਡ ਕੇ ਗਏ ਆ, ਥੋੜੀ ਥੋੜੀ ਵੇਚੀ ਜਾਓ ਖਾਈ ਜਾਓ, ਜ਼ਮੀਨਾਂ ਦੇ ਭਾਅ ਦੇਖੇ ਆ ਅਸਮਾਨੀ ਚੜੇ ਫਿਰਦੇ ਆ। ਬਜ਼ੁਰਗਾਂ ਦੀ ਕਮਾਈ ਤੇ ਐਸ਼ ਕਰੀ ਜਾਣਾ, ਸਾਡੇ ਲਈ ਕੁਝ ਜੋੜਨਾ ਨੀ। ਬਹਿ ਜਾ ਟੇਕੇ, ਤੂੰ ਵੀ ਟੇਕੇ ਬੈਠਾ ਰਿਹਾ ਕਰ, ਸਿਰ ਖਾਂਦਾ ਰਹਿੰਦਾ ਸਾਰਾ ਦਿਨ ਹੀ, ਨਾਲੇ ਆਪਾਂ ਕੋਈ ਮਾਲਦਾਰ ਪਰਿਵਾਰ ਲੱਭ ਕੇ ਬਿੱਲੇ ਦਾ ਵਿਆਹ ਕਰ ਦੇਣਾ, ਉਹ ਵੀ ਤਾਂ ਕੁਝ ਕਰੇਗਾ ਕਿ ਨਹੀਂ ਕਰੇਗਾ? ਆਹੋ ਕੰਮ ਕਾਜ ਕਰੇਗਾ, ਉਹ ਕਿਹੜਾ ਤੁਹਾਡੇ ਨਾਲੋਂ ਘੱਟ ਹੈ, ਡੱਕਾ ਤੋੜਨਾ ਨੀ ਤੇ ਆਖਾਂ ਮੋੜਨਾ ਨੀ। ਉਹ ਆਪਣਾ ਬਿੱਲਾ ਜਵਾਨ ਹੋ ਗਿਆ ਕਮਲੀਏ, ਬਿੱਲਾ ਉਹ ਤੇਰੇ ਰਾਜ ਕਰਨ ਦੇ ਦਿਨ ਆ ਗਏ। ਵੱਡੇ ਬੰਦੇ ਵੱਡੀ ਸੋਚ। ਕੁੜੀ ਵਾਲੇ ਤਾਂ ਬੜਾ ਕੁਝ ਦੇਖਦੇ ਨੇ ਕੁੜੀ ਦੇਣ ਤੋਂ ਪਹਿਲਾਂ, ਰੰਗ ਰੂਪ, ਕਾਰੋਬਾਰ, ਪੜ੍ਹਾਈ ਲਿਖਾਈ, ਸਾਰਾ ਕੁਝ ਤਸੱਲੀ ਕਰਨ ਤੋਂ ਬਾਅਦ ਹੀ ਕੁੜੀ ਵਾਲੇ ਗੱਲ ਅੱਗੇ ਤੋਰਦੇ ਨੇ। ਸਾਰੇ ਕੁੜੀਆਂ ਵਾਲੇ ਨੀ ਮੇਰੇ ਭਰਾਵਾਂ ਦੀ ਤਰ੍ਹਾਂ ਅੱਖਾਂ ਮੀਚ ਕੇ ਵਿਆਹ ਕਰ ਦਿੰਦੇ ਨੇ। ਕੀ ਕਿਹਾ, ਤੇਰੇ ਭਰਾਵਾਂ ਨੇ ਗਲਤ ਫੈਸਲਾ ਕੀਤਾ? ਛੋਟੇ ਬੰਦੇ ਛੋਟੀ ਸੋਚ, ਤੇਰੀ ਕਿਸਮਤ ਚੰਗੀ ਸੀ ਜੋ ਇਸ ਘਰ ਚ ਆ ਗਈ, ਭਾਗ ਜਾਗ ਗਏ ਤੇਰੇ ਭਾਗ। ਵੇਲੜ ਦੇ ਲੜ ਲੜ ਕੇ ਇਸੇ ਤਰ੍ਹਾਂ ਘਰ ਬੈਠ ਕੇ ਨੀ ਲੱਭਦੇ ਰਿਸ਼ਤੇ, ਲੋਕੀ ਤਾਂ ਬੱਚਿਆਂ ਦੇ ਵਿਆਹ ਲਈ ਕਿੱਥੇ ਕਿੱਥੇ ਧੱਕੇ ਖਾਂਦੇ ਨੇ, ਤੇ ਤੁਸੀਂ ਸਾਰਾ ਦਿਨ ਵੇਲੇ ਬੈਠ ਕੇ ਅਖਬਾਰ ਪੜ੍ਹੀ ਜਾਣਾ ਤੇ ਚਾਹ ਦੇ ਕੱਪ ਖਾਲੀ ਕਰੀ ਜਾਣੇ, ਕੁਝ ਮਿਹਨਤ ਵੀ ਕਰ ਲਿਆ ਕਰੋ। ਉਹ ਹੋਰ ਮੈਂ ਖੇਤਾਂ 'ਚ ਜਾ ਕੇ ਕਹੀਆਂ ਮਾਰਾਂ, ਤੇਰੇ ਭਾਣੇ ਇਹ ਮਿਹਨਤ ਹੁੰਦੀ ਹੈ? ਆ ਦੇਖ ਉਹ ਭੋਲੀਏ, ਆ ਦੇਖ ਅਖਬਾਰ ਭਰਿਆ ਪਿਆ ਰਿਸ਼ਤਿਆਂ ਨਾਲ, ਇਹਦੇ ਵਿੱਚ ਲੱਭ ਜਾਣੀ ਆ ਆਪਣੇ ਬਿੱਲੇ ਲਈ ਕੋਈ ਬਿੱਲੀ। ਜੇ ਡੈਡੀ ਦੀ ਅਖਬਾਰ ਦੇ ਆਸਰੀ ਰਹੇ ਨਾ, ਫਿਰ ਤਾਂ ਚੜ ਗਿਆ ਬਿੱਲਾ ਵੀਰਾ ਘੋੜੀ, ਮੇਰੇ ਤੇ ਗੱਲ ਹੀ ਬੜੀ ਦੂਰ ਦੀ ਏ। ਬਸ ਤੂੰ ਸੂਟ ਦਾ ਆਰਡਰ ਦੇ ਰੱਖ, ਘਰ ਲਿਸ਼ਕਾ ਦੇ, ਇਹਦਾ ਰੋਹ ਪਵੇ ਤਾਂ ਪਵੇ, ਨਹੀਂ ਤਾਂ ਰੱਬ ਹੀ ਰੱਖ ਆਪਣੇ ਬਿੱਲੇ ਦਾ। ਤੁਸੀਂ ਤਾਂ ਮੇਰੇ ਚੰਨ ਦੇ ਮਗਰ ਐਵੇਂ ਹੱਥ ਧੋ ਕੇ ਪੈ ਜਾਂਦੇ ਹੋ, ਲੱਖਾਂ ਵਿੱਚੋਂ ਇੱਕ ਹੈ ਮੇਰਾ ਬਲਵਿੰਦਰ। ਉਹ ਇਸੇ ਗੱਲ ਦਾ ਤਾਂ ਫਿਕਰ ਹੈ ਕਿ ਲੱਖਾਂ ਵਿੱਚੋਂ ਇੱਕ ਹੈ, ਪਤਾ ਨੀ ਕਿੱਥੋਂ ਜੰਮ ਪਿਆ ਸੈਂਪਲ ਪੀਸ। ਮੇਲ ਕਰਾ ਦੇ, ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਦੇ ਨਾਲ। ਹਾਏ ਮੋਮ, ਕਿਸ ਗੱਲ ਦੀ ਡਿਸਮਿਸ਼ਨ ਚੱਲ ਰਹੀ ਹੈ? ਉਹ ਡਿਸਮਿਸ਼ਨ ਨਹੀਂ ਹੁੰਦਾ, ਡਿਸਕਸ਼ਨ ਹੁੰਦਾ, ਡਿਸਕਸ਼ਨ। ਤੁਸੀਂ ਸਮਝ ਗਏ ਨਾ ਮੋਮ, ਜੇ ਕੋਈ ਪ੍ਰੋਬਲਮ ਹੈ ਤਾਂ ਮੈਂ ਸੋਲਵ ਕਰ ਦਿੰਨਾ। ਉਹ ਪ੍ਰੋਬਲਮ ਨਹੀਂ ਹੁੰਦਾ, ਪ੍ਰੋਬਲਮ ਹੁੰਦਾ। ਇਹਨੂੰ ਦੱਸੇ ਜਿਹੜੀ ਇਹ ਪ੍ਰੋਬਲਮ ਹੈ ਇਹ ਕਦੋਂ ਸੋਲਵ ਹੋਏਗੀ। ਓਏ ਖੋਤਿਆ, ਸੋਹਣਾ ਬਣ ਕੇ ਰਿਹਾ ਕਰ, ਤੈਨੂੰ ਯਾਦ ਆ ਜਦੋਂ ਪਿਛਲੀ ਵਾਰੀ ਕੁੜੀ ਵਾਲੇ ਤੈਨੂੰ ਦੇਖਣ ਆਏ ਸੀ? ਉਹ ਸਾਨੂੰ ਜਾਂਦੇ ਹੋਏ ਉਲਾਂਭਾ ਦੇ ਕੇ ਗਏ ਸੀ, ਕਹਿੰਦੇ ਪਾਟੀਆ ਸਾਹਿਬ ਮੁੰਡਾ ਤਾਂ ਤੁਸੀਂ ਮੈਨੂੰ ਦਿਖਾਇਆ ਹੀ ਨਹੀਂ, ਉਹ ਤੈਨੂੰ ਨੌਕਰ ਸਮਝਦੇ ਸੀ, ਨੌਕਰ।
डोंट वरी पापा जी, उन्हां दी कुड़ी दी किस्मत हेल्थ सेटल परिवार नहीं तां कोई की कर सकदा है। ओए हेल्थ सेटल नहीं हुंदा, वेल सेटल्ड हुंदा, वेल सेटल्ड। तुसी टेंशन क्यों लैंदे हो, आपे ही किसे राजकुमारी दा रिश्ता आ जाना है, तुसी फिकर ना करो। ओ काका, जिस तरह तेरी उम्र दे दिन लंघदे जा रहे है ना, ओ मेनू तां ये टेंशन खाई जा रही है, किसे राजकुमारी दा तां की, किसे कुवारी दा ही रिश्ता आ जावे, ओ कुड़ी दी नब जी चलदी होवे घटो घट। ओ कुड़ी तां मेरे डोले ते ही मर जू, टेंशन ना लो। जिस तरीके नाल पंजाब दे विच लोकां ने कुड़ियां कुख दे विच मारनियां शुरू कर दित्तियां ने, ओ दिन दूर नहीं जदों इत्थों दे लोकां नूं दहेज दे के अपने मुंडे ब्याहुणे पैणगे। मैनू तां इही डर सताई जा रहा, तेरे ब्याह दे दिन लंघदे जा रहे ने। लो जी, जे मेरे काके दे ब्याह लई दहेज देना भी पए ना, तां मैं पिछे थोड़ा हटांगी, हीरे वर्गा पुत्त है मेरा। तुसीं तां बस एवें लूंबड़ी दी तरह ना लालच विच ही फसे रहिंदे हो। ओ हां नाले मम्मी जी, लूंबड़ी तो याद आया, भूआ जी नूं वी फोन कर देना सी, ਐਵੇਂ ਬਾਅਦ ਚ ਰੋਂਦੇ ਫਿਰੋਂਗੇ, ਮਾਫੀਆ ਮੰਗੋਗੇ। ਤੂੰ ਛੱਡ ਇਹਨਾਂ ਦੇ ਲਾਰਿਆਂ ਨੂੰ, ਮੈਂ ਚੰਗੀ ਤਰ੍ਹਾਂ ਜਾਣਦੀ ਆ, ਜੇ ਤੂੰ ਇਹਨਾਂ ਦੇ ਆਸਰੇ ਬੈਠਾ ਰਿਹਾ ਨਾ ਤਾਂ ਕੁਆਰਾ ਹੀ ਰਹਿ ਜਾਏਗਾ। ਉਹ ਮੇਰੀ ਭੂਆ ਦੀ ਕੁੜੀ ਦੇ ਚਾਚ ਦਾ ਮੁੰਡਾ ਹੈ ਨਾ, ਲੱਗਾ ਮੇਰਾ ਭਰਾ ਤੇ ਬਿੱਲੇ ਦਾ ਮਾਮਾ, ਉਹ ਹੀ ਲੱਭੇਗਾ ਤੇਰੇ ਲਈ ਕੋਈ ਚੰਗੀ ਕੁੜੀ। ਹੈਂ, ਮਾਮਾ ਜੀ ਰਿਸ਼ਤਾ ਕਰਵਾਉਣਗੇ? ਉਹ ਡੈਡੀ ਜੀ ਹੁਣ ਮਿਲੇਗੀ ਆਪਣਾ ਬਿੱਲੇ ਨੂੰ ਬਿੱਲੀ। ਓਏ, ਉਹ ਕਰਾਏਗਾ ਰਿਸ਼ਤਾ? ਉਹਦਾ ਤਾਂ ਆਪ ਰਿਸ਼ਤਾ ਮਸੀ ਹੋਇਆ ਸੀ, ਅਖੇ ਆਪ ਨਾ ਬਸੀ ਸਹੁਰੇ, ਲੋਕੀ ਮਤਾਂ ਦੇ। ਤੁਸੀਂ ਚੁੱਪ ਰਹੋ ਜੀ, ਤੁਹਾਨੂੰ ਤਾਂ ਮੌਕਾ ਚਾਹੀਦਾ ਮੇਰੇ ਪੇਕੇ ਵਾਲਿਆਂ ਦੀ ਖਿੱਲੀ ਉਡਾਉਣ ਦਾ। ਓ ਮੰਮੀ ਜੀ, ਤੁਸੀਂ ਛੱਡੋ ਡੈਡੀ ਜੀ ਨਾਲ ਦਿਮਾਗ ਦੀ ਕਸਾਈ ਕਰਨਾ, ਇਹ ਲੋ ਮੋਬਾਈਲ ਤੇ ਰੱਬ ਦਾ ਨਾਂ ਲੈ ਕੇ ਕਰ ਦਿਓ ਮਾਮਾ ਜੀ ਨੂੰ ਫੋਨ। ਓ ਡੈਡੀ ਜੀ, ਹੁਣ ਮਾਮਾ ਜੀ ਦੇ ਮੋਢੇ ਤੇ ਰੱਖ ਕੇ ਬੰਦੂਕ ਦੀਆਂ ਗੋਲੀਆਂ ਚੱਲਣਗੀਆਂ। हेलो। हाँ सुखी, सत श्री अकाल। सत श्री अकाल, साबत सूरत नशा रहत रिश्तियां वास्ते हर वेले आप जी की सेवा विच हाजर, होर सब ठीक ठाक? पहचान ले, मैं सरदारा सिंह दी वड्डी कुड़ी बोलदी आ। अज किवें याद आ गई? वीरे काम नु ही फोन कीता सी, तू ता इस शहर च रह के भी भुला दिता पैण नु, लोकां दे रिश्ते करवांदा फिरदा ते अपने भांजे बारे भी कुछ सोच, ओ भी जवान हो गया, कुछ ओदे बारे भी सोच लै। हैं बिल्ला, व्याहण जोग हो गया? सानू ता ओदे व्याह दी चिंता दिन रात खाई जा रही है। समा लंघदिया भी भैण पता ही नहीं लगदा। चल, तू चिंता क्यों कर दी है, साढ़े पल्ले रिश्तियां तो बिना होर है भी की। मैं आज ही शामी आ जाना वा, नाले इस बारे गल हो जाएगी, नाले तेनू पता ही है मैनू मिठा खान दा बड़ा शौक है, मिठा प्यार ही रखी। ले तू मेरे बिल्ले दा व्याह करवा दे, मैं ना तेनू मिठाई नाल ही तोल देंगी। मैं शामी आ जाना वा, तू बस एदे रिश्ते लई दिन रात इक कर दे। ਚੰਗਾ, ਫਿਰ ਸ਼ਾਮੀ ਮਿਲਦੇ ਆ। ਸਤਿ ਸ੍ਰੀ ਅਕਾਲ। ਸਾਡੇ ਮਿੱਠੇ ਦੀ ਤਾਂ ਹੋ ਗਈ ਤਿਆਰੀ। ਉਹ ਰਿਸ਼ਤਾ ਤਾਂ ਕਰਨ ਚੱਲੀ ਆ, ਜਰਾ ਇਹਦੀ ਸ਼ਕਲ ਵੱਲ ਦੇਖ ਲੈ, ਇਹਦੀ ਸ਼ਕਲ ਦੇਖੀ ਹੈ ਜਿਵੇਂ ਸਰਕਸ ਚੋਂ ਭੱਜ ਕੇ ਆਇਆ ਜੋਕਰ ਹੁੰਦਾ। ਓਏ ਕਾਕਾ, ਤੂੰ ਸਰਦਾਰਾਂ ਦਾ ਪੁੱਤਰ ਹੈ, ਸੋਹਣੀ ਜੀ ਪੱਗ ਬੰਨ ਕੇ ਰੱਖਿਆ ਕਰ, ਸੋਹਣਾ ਜਿਹਾ ਬਣ ਕੇ ਰਿਹਾ ਕਰ। ਇਸ ਹਾਲਤ ਜੇ ਤੈਨੂੰ ਕੋਈ ਦੇਖ ਲਵੇ ਨਾ, ਉਹਨੂੰ ਇਹ ਸਮਝ ਨਹੀਂ ਆਉਣੀ ਤੂੰ ਬੰਦੇ ਦਾ ਪੁੱਤਰ ਹੈ ਜਾਂ ਕਿਸੇ ਜਾਨਵਰ ਦਾ। ਉਹ ਡੈਡੀ ਜੀ ਤੁਹਾਡੇ ਹੀ ਆ। ਉਹ ਐਵੇਂ ਮੂਡ ਖਰਾਬ ਕਰਕੇ ਰੱਖ ਦਿੱਤਾ, ਇਹਨੂੰ ਸਮਝਾਉਣਾ ਤਾਂ ਮੱਝ ਅੱਗੇ ਬੀਨ ਵਜਾਉਣ ਦੇ ਬਰਾਬਰ ਹੈ। ਉਹ ਛੱਡ ਯਾਰ। ਹੈਲੋ, ਹਾਂਜੀ ਮੈਂ ਭਾਟੀਆ ਬੋਲ ਰਿਹਾ, ਮੈਂ ਲੁਧਿਆਣੇ ਤੋਂ ਬੋਲ ਰਿਹਾ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਲੜਕੇ ਲਈ ਐਡ ਦਿੱਤੀ ਸੀ ਜੀ। ਹਾਂਜੀ, ਮੇਰਾ ਪ੍ਰੋਪਰਟੀ ਦਾ ਕਾਰੋਬਾਰ ਹੈ ਜੀ, ਲੜਕਾ ਬੜਾ ਹੋਣ ਆ ਰਿਹਾ ਜੀ, ਬਹੁਤ ਕਾਬਲ ਹੈ। ਤੁਸੀਂ ਇਸ ਤਰ੍ਹਾਂ ਕਰੋ ਜੀ, ਤੁਸੀਂ ਆ ਜਾਓ ਘਰ, ਆ ਜਾਓ, ਨਾਲੇ ਘਰ ਬਾਰ ਦੇਖ ਲੈਣਾ, ਨਾਲੇ ਲੜਕੇ ਨੂੰ ਮਿਲ ਲੈਣਾ ਜੀ। ਉੱਟੇ ਕੇ ਜਾ। ਹਾਂਜੀ ਹਾਂਜੀ ਹਾਂਜੀ, ਬਾਕੀ ਗੱਲਾਂ ਮਿਲ ਕੇ ਕਰ ਲਾਂਗੇ ਜੀ, ਨਾਲੇ ਮਿਲਾਂਗੇ, ਇੱਕ ਪੰਥ ਦੋ ਕਾਜ ਹੋ ਜਾਣਗੇ। ਅੱਛਾ ਜੀ, ਅੱਛਾ, ਸਤਿ ਸ੍ਰੀ ਅਕਾਲ।
बेटा गल सुनना। हाँ जी अंकल। बेटा पाटिया साहब का घर कित्थे है? पाटिया साहब दा, चलो मैं दस दें दिया। दस दे बच्चा, बहुत परेशान हो गया। बहुत अच्छा बच्चा है तू, बहुत अच्छा बच्चा। उधर जाओ, अगे चलो, सीधा सीधा सीधा, हुन लेफ्ट, हुन थोड़ा जा आगे। अंकल रुको 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 रुको, बच्चे पाटिया साहब का घर आ गया। मेरा करता आ गया। हाँ जी बेटा, पाटिया साहब का घर केड़ा है? जिथो दी तुसी मैनू लिफ्ट दिती सी ना, उथे ही हैगा। तेरी ऐसी की तैसी, आजकल दे बच्चे भी ना बेड़ा गर्क। ओए ओ गंदा कपड़ा ही कड़ी सी जाते हो, नया मांग लेगा तो तेरी जवान कस जाएगी। इसको अच्छे से चमका दे, मिट्टी बिल्कुल नजर नहीं आनी चाहिए। मेरी बात समझ ले अच्छे से। साहब इससे ज्यादा नहीं चमकेगा, ज्यादा चमक चाहिए तो पेंट करवा लीजिए। अभी पीछे तो पेंट करवाए हैं, पेंट करवा लो। हाँ पीछे जे 10 साल पहला पेंट करवाया सी, पीछे पेंट करवाया सी। अपनी सफाई भी कदी इतनी चंगी तरह कर लिया करो। तुसी तां सवेर दे इनारे सिर ते चढ़ के बैठ गए हो, आपे सफाई कर लेंगे। ओ कुड़ी आलिया ने मेनू देखण नहीं आना, मेनू देखना बिल्ले नू देखण आना। जे घर बार चमकदा हो ना, ऐसे चीज ने बिल्ले दियां कमियां नू ढकना। नाले कुड़ी आले घर बार देख के बंदे दी औकात दा पता लाउंदे ने। पता है मैनू किन्नी कु औकात है, सारा दिन डक्का ता दूरा नहीं करना ते गल्ला करदे ने औकात दियां। चुप करके बह जा, छोटे बंदे छोटी सोच। मेनू जाल बिछाउण दे, किते तेरे ना चक्करां करके मेरे जाल चो मच्छी ना निकल जाए। गल सुन ला मेरी, कान खोल के। तेरा भराओ मच्छी आलिया नू, मेरा मतलब वो कुड़ी आलिया नू कदों लेके आ रहा? आ जाएगा, समा तो लगदा ही है। नाले ओने केड़े रिश्ते जेबां च पाए ने जड़ा नाल ही लेके आएगा, आ जाएगा। ओ मैं जानदा तेरे टब्बर नू चंगी तरह, तेरा टब्बर ना लारे लाउण च साधा बाबिया नू भी पिछे छड़ देंदा है। ते खरनूर बार कौन आया है? हां जी मम्मी। ओ मम्मी जी बार ना पता नहीं कोई अंकल आए ने। जा ले आ। सत श्री अकाल। लो आई गए। सत श्री अकाल जी। सत श्री अकाल वीरे। सत श्री अकाल, की हाल है भैन? ठीक हो? ठीक है वीरे, आ जा बैठ वीरे, तेरा ही इंतजार कर रहे सी। और की हाल चाल है सुनाओ? सत श्री अकाल मामा जी, असी ता बेसब्री नाल तुहाडा ही इंतजार कर रहे सी। ओ तुसी ता सरप्राइज ही दे दिता। सरप्राइज नहीं हुंदा काका, सरप्राइज हुंदा है। चलो होर चाकर साहब, लगदा ज्यादा ही बिजी रहने हो। तुसी कल बुलाया ते मैं अज आ गया वा, बाकी काम काज तो चलते ही रहते ने। तुसी भी तो लोड पैन ते याद कीता है। ओ मामा जी, साडे डैडी जी ता लोड पैन ते गधे ने भी प्यो बना लन, तुसी की चीज हो? ओ डैडी जी, गधे तो याद आया, फुफड़ जी ने भी अज ही आना सी ना अपने घर। ओ चुप कर ओए। ओ काका जी, जे तुसी मुंह खोल के आपकी अकल दा जनाजा ना कढ़दे हुंदे ना, अज नू थोड़ा ब्याह हो जाना सी। मुर्दा बोले खप्पण पाड़े। मेरे हुंदे आ, तुसी इहदे ब्याह दी चिंता बिल्कुल ना करो। मैं तां उल्लुआं नू घोड़ी चढ़ाता है, इह उहनां तों तां नहीं माड़ा होएगा। ओए तां दो चार वार मिलण ते ही पता लगेगा इह चंगा कि माड़ा। ओ मामा जी, मैं तां वीरे दे ब्याह लई चली इह वी पूरे कर चुका। लै ओ काका जी, जे इदा ही कारज आस होन लगदे ना, चलिए सुखण दे नाल। ते सतगुरां ने गुरु ग्रंथ साहिब विच बाणी दी थां ते ना, चलिए सुखणे सुखां सुखणियां ते चुपहरे कटणे, इहो जे कई तरीके लिख देने सीगे। बाणी नाल थोड़ा ना सिख नूं जोड़ना सीगा। तू इह दस वीरे, इहदे विआह वास्ते रिश्ते दी गल किधरे तोरी है कि नहीं? इहदे नाल पड़दे दोस्तां दे दो दो बच्चे भी हो गए ने, इहदा विआह तां दूर दी गल, अजे तक रिश्ता ही नहीं होया। लै जे भैने इन्नी काली है तो मैं हुणे फोन करदा वा, गल ही कोई नहीं हो। ओ की गल मामा जी, फोन नहीं मिल रहा, नेटवर्क नहीं आ गया इंदे विच? मिस कॉल मारती है, आपे फोन कर लेंगे। साडा केड़ा गड्डा फसया है जेड़ा फोन कर करके ते अपना बिल पवाई जाइए। नाले घरों गो आए जेड़ा, उन्हूं समझाए केड़ा।
ओ मामा जी तुसीं तां बड़े सम्राट हो सम्राट। ओ काका जी सम्राट नहीं हुंदा स्मार्ट हुंदा स्मार्ट। चंगी अंग्रेजी बोलनी किसे नूं वी नहीं आउंदी इत्थे। मूर्खां दा टब्बर। हैलो हाँ जी मैं चाकर अर्ज कर रहा जी। सत श्री अकाल जी। हाँ जी हाँ जी हाँ जी तुसी एक अपनी बच्ची वास्ते रिश्ते की गल करने वास्ते मैंने कहा सी ना जी। हाँ जी हाँ जी हाँ जी लो जी आप लभ लिया कोणार काका। लो जी साडा तो फंडा ही है वे झट मंगनी ते पट विआ। मैं कहना वा तुसी कल ही वेख लो परसों किन्ने वेखे है। हाँ जी हाँ जी इदा कर रहे हैं आप येलो चिकी तो कल ही मिल लें आते मैं उत्थे ही ले आना उन्होंने तो उत्थे ही आप गलबात कर लाँगे दे नाले कप कप चाह पी लाँगे। हाँ जी हाँ जी सत श्री अकाल जी चंगा जी चंगा। है इन्नी जल्दी तुसीं तां मीटिंग भी फिक्स करवा दित्ती है बड़ी काली कीती है। जे जल्दी नहीं हो तो मैं उन्होंने मना कर दिना वा ये कड़ा बुढ़ा होया चलिया तीन सालों का तो होया तां की हो गया। ओ नहीं मामा जी नहीं अजे अज कल दे चक्करां च तां मैं 30 साल दा हो गया। लै लै मेरे नाल दे दोस्तां दो दो व्याह कराई बैठे ने ते मेरा अजे एक भी नहीं होया। ओ इन्हां दी मैं एक नहीं चलन देनी मैं ते कहना तुसी अज ही बुलाओ कुड़ी वालिआं नूं ओ इन्हां नूं मैं आपे सांभ लांगा। ओ काके कुड़ी वालिआं दे आउण च तां कोई हर्ज नहीं पहलां इह तां पता लगे बई किन्ना क माल खर्चणगे जात बरादरी की है उन्हां दी किन्ना क गहना गट्टा पाउणगे बरात दी सेवा किदां दी होऊगी किन्ना क खर्चा करनगे किन्नियां क पेटियां लाउणगे होर भी बड़ा कुछ हुंदा ब्याह च देखण नूं कल्ला इक्को नहीं हुंदा भी आ गए ते चले गए चल छुट्टी आपां भी तैयारी करनी आफ्टर आल। ओ केड़ी तैयारी तुसीं केड़ा कोई बिंदी लिपस्टिक लाउणी है या कोई सूट सवाउणा है या फिर मुर्गे सेकणे ने इक्को तां कोट है तुहाड़े कोल अपने ब्याह वाला उही तां सारे पासे पा के चले जांदे हो। मैनू तां ऐ लगदा तुहाडा कोट ही मेरे लिए मनूस है। आहो कुड़ी वालिआं ने तां जिवें मेरा कोट देख के कुड़ी देनी है आए नहीं कहिंदा जिहड़ियां कमियां मेरे च ने उहनां करके कुड़ी नहीं मिलदी कोट मनूस है गल्लां मारदा। चल जे तैनूं इन्नी काहली है ना मैनू कोई एतराज नहीं चल के देख लैने आ कुड़ी। ओ जीजा जी तुसीं किते दाज लैण बारे तां नहीं सोचदे पे तुहानूं पता होणा चाहीदा है दाज लैणा ते दाज देणा कानूनी अपराध है किते भुलेखे च ना रही हो एवें हथ कड़ियां लगणगियां सारा टब्बर अंदर जाऊ। ओ चक्कर साहब एह जिहियां गल्लां मैं रोज गुरुद्वारे सुन के आउणा जे दाज दे उत्ते लैक्चर देना पवे ना मैं एक घंटे तो वध लैक्चर दे सकदा इह लच्छेदार गल्लां मैनू भी बथेरियां आउंदियां ने मैनू ना सिखाओ भी दाज लैणा ते देणा जुर्म है। लै दस दाज दे लोभी इह तां लूंबड़ियां तों वी तां ने। ਤੁਸੀਂ ਵਿਚੋਲੇ ਨੂੰ ਫੋਨ ਕਰਤਾ ਕਿਤੇ ਪ੍ਰੋਗਰਾਮ ਚੇਂਜ ਤਾਂ ਨਹੀਂ ਹੋ ਗਿਆ? ਤੂੰ ਫਿਕਰ ਨਾ ਕਰ ਮੇਰੀ ਗੱਲ ਹੋ ਗਈ ਹੈ ਉਹ ਘਰੋਂ ਨਿਕਲ ਚੁੱਕੇ ਨੇ ਬਸ ਆਉਂਦੇ ਹੀ ਹੋਣਗੇ। ਪਾਪਾ ਪੁੱਛ ਲੈਣਾ ਸੀ ਕਿਤੇ ਪੈਦਲ ਤਾਂ ਨਹੀਂ ਆ ਰਹੇ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਫ ਕਰਨਾ ਜੀ ਟ੍ਰੈਫਿਕ ਕਾਰਨ ਲੇਟ ਹੋ ਗਏ ਟ੍ਰੈਫਿਕ ਤੁਹਾਨੂੰ ਪਤਾ ਬਹੁਤ ਹੈ ਲੁਧਿਆਣੇ ਦੇ ਵਿੱਚ। ਉਹ ਡੈਡੀ ਜੀ ਨੇ ਗੱਡੀ ਤਾਂ ਬਹੁਤ ਤੇਜ਼ ਚਲਾਈ ਪਰ ਗੱਡੀ 40 ਤੋਂ ਉੱਤੇ ਨਹੀਂ ਟੱਪੀ। ਵੈਸੇ ਗੱਡੀ ਤਾਂ ਜੀਜਾ ਜੀ ਨੇ ਕਦੋਂ ਦੀ ਲੈ ਲੈਣੀ ਸੀ ਪਰ ਮੈਂ ਹੀ ਰੋਕਤਾ ਮੈਂ ਕਿਹਾ ਬਿੱਲੇ ਦਾ ਵਿਆਹ ਕਰਾਂਗੇ ਗੱਡੀ ਤਾਂ ਆ ਹੀ ਜਾਣੀ ਹੈ ਆਪਾਂ ਦੋ ਦੋ ਗੱਡੀਆਂ ਕੀ ਕਰਨੀਆਂ ਲੈ ਕੇ ਕਿਉਂ ਵੀ ਬਿੱਲੇ ਠੀਕ ਹੈ ਨਾ। ਚਲੋ ਕੋਈ ਗੱਲ ਨਹੀਂ ਤੁਸੀਂ ਆ ਹੀ ਗਏ ਹੋ ਆਪਾਂ ਆਪਸ ਵਿੱਚ ਬੈਠ ਕੇ ਆਰਾਮ ਨਾਲ ਵਿਚਾਰ ਕਰ ਲੈਂਦੇ। ਐਕਚੁਅਲੀ ਸੰਯੋਗ ਤਾਂ ਉੱਪਰੋਂ ਲਿਖ ਕੇ ਆਉਂਦੇ ਆ ਅਸੀਂ ਕੌਣ ਆ ਇਹਨਾਂ ਨੂੰ ਬਣਾਉਣ ਵਾਲੇ। ਉੱਪਰ ਗੜਾ ਨਾ ਫੁੱਫੜ ਬੈਠਾ ਸਰਦਾਰ ਸਾਹਿਬ ਸੰਯੋਗ ਤਾਂ ਬੰਦਾ ਖੁਦ ਬਣਾਉਂਦਾ ਹੈ ਜੇਕਰ ਆਪਾਂ ਚਮੜੀ ਜਾਂ ਦਮੜੀ ਨੂੰ ਮੁੱਖ ਰੱਖ ਕੇ ਰਿਸ਼ਤੇ ਬਣਾਵਾਂਗੇ ਤਾਂ ਉੱਥੇ ਸੰਯੋਗ ਕੀ ਕਰਨਗੇ। ਸਤਿਗੁਰੂ ਜੀ ਕਹਿੰਦੇ ਨੇ ਜੈਸਾ ਬੀਜੇ ਸੋ ਲੁਣੇ ਜੋ ਖੱਟੇ ਸੋ ਖਾਏ। ਵਾਹ ਕਿਆ ਬਾਤ ਕਹੀ ਹੈ ਪਰ ਸਾਰੇ ਲੜਕੇ ਵਾਲੇ ਗੱਲ ਨਹੀਂ ਨਾ ਸੋਚਦੇ। ਬੰਦਾ ਕੌਣ ਹੁੰਦਾ ਜੀ ਸਭ ਕਰਨ ਵਾਲਾ
ਉਹ ਉੱਪਰ ਵਾਲਾ ਕਰਦਾ ਹੈ, ਅਸੀਂ ਤਾਂ ਕਠਪੁਤਲੀਆਂ ਹਾਂ। ਜਿਵੇਂ ਉਹ ਕਰਾਉਂਦਾ ਹੈ ਕਰੀ ਜਾਂਦੇ ਹਾਂ, ਜਿਵੇਂ ਉਹ ਨਚਾਉਂਦਾ ਹੈ ਨੱਚੀ ਜਾਂਦੇ ਹਾਂ, ਜਿਵੇਂ ਉਹ ਹਸਾਉਂਦਾ ਹੈ ਹੱਸੀ ਜਾਂਦੇ ਹਾਂ, ਜਿਵੇਂ ਉਹ ਰੋਂਦਾ ਹੈ ਰੋਈ ਜਾਂਦੇ ਹਾਂ। ਬਿਨਾਂ ਸਬਬ ਤੋਂ ਸਟਾਰਟ ਹੋ ਜਾਂਦੇ ਐਵੇਂ, ਜਿਹੜੀ ਗੱਲ ਕਰਨਾ ਆ ਉਹ ਕਰਦੇ ਨੀ, ਆਪਣੀ ਜਬਲੀਆਂ ਮਾਰੀ ਜਾਂਦੇ ਨੇ। ਉਹ ਇੱਥੇ ਯਾਰਾਂ ਨੂੰ ਰਿਸ਼ਤੇ ਦੀ ਪਈ ਹੋਈ ਏ ਤੇ ਡੈਡੀ ਜੀ ਆਪਣੇ ਪ੍ਰਵਚਨ ਸ਼ੁਰੂ ਕਰੀ ਬੈਠੇ ਨੇ, ਉਹ ਛੱਡੋ ਯਾਰੋ। ਬੇਟੇ ਕੀ ਨਾਮ ਹੈ ਤੁਹਾਡਾ? ਜੀ ਪਵਨਪ੍ਰੀਤ ਕੌਰ। ਬਹੁਤ ਅੱਛਾ ਨਾਮ ਹੈ। ਹੋਰ ਸਟੱਡੀ ਕਿੱਥੇ ਤੱਕ ਕੀਤੀ ਹੈ ਤੁਸੀਂ? ਮੈਂ ਐਮਏ ਇੰਗਲਿਸ਼ ਕੀਤੀ ਹੋਈ ਹੈ। ਸ਼ੌਂਕ ਕੀ ਨੇ ਤੁਹਾਡੇ, ਮਤਲਬ ਕਿ ਹੌਬੀਜ਼ ਕੀ ਨੇ ਤੁਹਾਡੀਆਂ? ਜੀ ਸਿੰਗਿੰਗ, ਕੁਕਿੰਗ, ਰੀਡਿੰਗ ਬੁੱਕਸ ਵਗੈਰਾ। ਵੈਸੇ ਅੱਧੀ ਜ਼ਿੰਦਗੀ ਤਾਂ ਵਿਆਹ ਤੋਂ ਬਾਅਦ ਕੁੜੀ ਦੀ ਰਸੋਈ 'ਚ ਹੀ ਬਤੀਤ ਹੁੰਦੀ ਹੈ, ਇਸ ਲਈ ਕੁਕਿੰਗ ਤਾਂ ਆਉਣੀ ਚਾਹੀਦੀ ਹੈ ਨਾ। ਦੇਖੋ ਜੀ, ਕਹਿਣ ਨੂੰ ਤਾਂ ਆਪਾਂ ਸਾਰੇ ਹੀ ਸਿੱਖ ਹੁੰਦੇ ਹਾਂ, ਪਰ ਜਦੋਂ ਸਿੱਖੀ ਕਮਾਉਣ ਦੀ ਵਾਰੀ ਆਉਂਦੀ ਹੈ ਨਾ, ਉਦੋਂ ਆਪਾਂ ਸਾਰੇ ਭੁੱਲ ਜਾਂਦੇ ਹਾਂ, ਖਾਸ ਕਰਕੇ ਖੁਸ਼ੀ ਦੇ ਮੌਕਿਆਂ ਵਿੱਚ ਜਦੋਂ ਕਿ ਆਪਾਂ ਗੁਰਬਾਣੀ ਦੇ ਉੱਤੇ ਪਹਿਰਾ ਦੇਣਾ ਹੈ। ਤੁਹਾਡੇ ਵਿਚਾਰ ਬੜੇ ਉੱਚੇ ਤੇ ਸੁੱਚੇ ਹਨ। ਹਰੇਕ ਲੜਕੀ ਦਾ ਪਿਤਾ ਇਹ ਚਾਹੁੰਦਾ ਹੈ ਕਿ ਉਸਦੀ ਬੱਚੀ ਉੱਥੇ ਜਾਵੇ ਜਿਸ ਘਰ ਦੇ ਵਿੱਚ ਵਾਹਿਗੁਰੂ ਦਾ ਪੈ ਹੋਵੇ। ਬਿਲਕੁਲ ਠੀਕ ਕਿਹਾ ਵੀਰ ਜੀ ਤੁਸੀਂ, ਬਿਲਕੁਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਚਾਕਰ ਸਾਹਿਬ, ਇਹਨਾਂ ਦੀ ਜਾਤ ਬਰਾਦਰੀ ਬਾਰੇ ਪੁੱਛ ਲਿਆ, ਐਵੇਂ ਜਬੜੀਆਂ ਮਾਰ ਕੇ ਟਾਈਮ ਨਾ ਖਰਾਬ ਕਰੋ। ਆਹੋ ਟਾਈਮ ਖਰਾਬ ਨਾ, ਤੁਹਾਡਾ ਟਾਈਮ ਤਾਂ ਜਿਵੇਂ ਪ੍ਰਧਾਨ ਮੰਤਰੀ ਤੋਂ ਵੱਧ ਕੀਮਤੀ ਹੈ। ਗੱਲਾਂ ਕਰਦੇ ਨੇ ਟਾਈਮ ਦੀਆਂ, ਪੂਰੇ ਦੇਸ਼ ਦਾ ਠੇਕਾ ਜਿਵੇਂ ਇਹਨਾਂ ਹੀ ਲਿਆ ਸਿਰ ਤੇ। ਬੱਚਿਆਂ ਨੂੰ ਕਹਿੰਦੇ ਆ ਕਿ ਆਪਸ ਵਿੱਚ ਗੱਲਬਾਤ ਕਰ ਲੈਣ, ਇਹਨਾਂ ਨੇ ਜ਼ਿੰਦਗੀ ਜਿਉਣੀ ਹੈ, ਇਹਨਾਂ ਦੀ ਵੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਆਪਸੀ ਇੱਕ ਦੂਜੇ ਨਾਲ। ਕੋਈ ਗੱਲ ਨਹੀਂ, ਬੱਚੇ ਵੀ ਆਪਸ ਵਿੱਚ ਗੱਲਬਾਤ ਕਰ ਲੈਣ। ਬਿੱਲੇ ਪੁੱਤਰ ਤੂੰ ਵੀ ਕੋਈ ਗੱਲ ਕਰ ਲੈ, ਤੁਸੀਂ ਵੀ ਬੇਟੇ ਕੋਈ ਗੱਲਬਾਤ ਪੁੱਛਣੀ ਹੋਵੇ ਤਾਂ ਪੁੱਛ ਲੋ, ਅੱਜ ਕੱਲ ਮਾਡਰਨ ਜ਼ਮਾਨਾ ਹੈ, ਜਾ ਬੇਟੇ ਗੱਲਬਾਤ ਕਰ ਲੈ। ਚਾਕਰ ਸਾਹਿਬ, ਜੋ ਮਰਜ਼ੀ ਹੋਵੇ ਪਰ ਰਿਸ਼ਤਾ ਮੈਂ ਆਪਣੀ ਜਾਤ ਬਰਾਦਰੀ 'ਚ ਹੀ ਕਰਨਾ, ਮੈਂ ਆਪਣੀ ਜਾਤ ਬਰਾਦਰੀ ਤੋਂ ਬਾਹਰ ਨਹੀਂ ਜਾਣਾ, ਤੁਹਾਨੂੰ ਮੈਂ ਦੱਸ ਦਿੱਤਾ ਹੈ। ਆਓ ਜਰਾ ਗੱਲ ਕਰੀਏ। ਚਾਕਰ ਸਾਹਿਬ, ਤੁਸੀਂ ਇਹਨਾਂ ਨੂੰ ਮੇਰੀ ਜਾਤ ਬਾਰੇ ਨਹੀਂ ਸੀ ਦੱਸਿਆ? ਮੈਂ ਭਾਟੀਆ ਭਾਟੀਆ, ਮੈਂ ਜੇ ਵਿਆਹ ਕਰਨਾ ਤਾਂ ਆਪਦੀ ਜਾਤ ਬਰਾਦਰੀ ਚ ਕਰਨਾ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਮੈਂ ਬਾਹਰ ਜਾ ਕੇ ਬਿਲਕੁਲ ਰਿਸ਼ਤਾ ਨਹੀਂ ਕਰਨਾ, ਮੈਂ ਆਪਦੇ ਅਸੂਲਾਂ ਨਾਲ ਸਮਝੌਤਾ ਨਹੀਂ ਕਰ ਸਕਦਾ। ਤੁਸੀਂ ਇਹਨਾਂ ਨੂੰ ਦੱਸਿਆ ਨਹੀਂ ਕੁਝ ਵੀ? ਯਾਰ ਤੁਸੀਂ ਵੀ ਨਾ ਚਾਕਰ ਸਾਹਿਬ, ਮੈਨੂੰ ਤਾਂ ਸ਼ਰਮ ਆਉਂਦੀ ਹੈ ਤੁਹਾਨੂੰ ਆਪਣਾ ਸਾਲਾ ਕਹਿੰਦੇ ਹੋਏ। ਯਾਰ ਮੇਰੀ ਇੱਕ ਮਿੰਟ ਗੱਲ ਸੁਣੋ, ਤੁਸੀਂ ਇੱਥੇ ਰਿਸ਼ਤਾ ਜੋੜਨ ਆਏ ਹੋ ਕਿ ਜਾਤ ਬਰਾਦਰੀ ਦਾ ਮੇਲ ਮਿਲਾਉਣ ਆਏ ਹੋ? ਤੁਸੀਂ ਵੇਖੋ ਗੁਣਾਂ ਦੀ ਸਾਂਝ, ਵਿਆਹ ਕਰਨਾ ਹੈ, ਦੋਨਾਂ ਦੀ ਜ਼ਿੰਦਗੀ ਗੁਣਾਂ ਦੇ ਨਾਲ ਬਤੀਤ ਹੋਣੀ ਹੈ। ਆ ਜਾਤਾਂ ਬਰਾਦਰੀਆਂ ਨਾਲ ਕੁੜੀ ਮੁੰਡੇ ਦੀ ਜ਼ਿੰਦਗੀ ਬਤੀਤ ਨਹੀਂ ਹੋਣੀ। ਦੇਖੋ ਹੁਣ ਕੁੜੀ 'ਚ ਕੋਈ ਕਮੀ ਨਹੀਂ ਹੈ, ਪਰਿਵਾਰ 'ਚ ਕੋਈ ਕਮੀ ਨਹੀਂ ਹੈ, ਪਰ ਤੁਸੀਂ ਇਹ ਦੱਸੋ ਮੈਂ ਕਿਹੜੇ ਮੂੰਹ ਨਾਲ ਜਵਾਬ ਦਵਾਂ ਉਹਨਾਂ ਨੂੰ, ਕਿਸ ਤਰੀਕੇ ਨਾਲ ਦੱਸਾਂ? ਯਾਰ ਤੁਹਾਨੂੰ ਤਾਂ ਸਮਝ ਹੀ ਨਹੀਂ ਆਉਂਦੀ, ਤੁਹਾਨੂੰ ਮੈਂ 20 ਵਾਰੀ ਸਮਝਾ ਚੁੱਕਿਆ, ਤੁਹਾਡੇ ਪੱਲੇ ਗੱਲ ਪੈਂਦੀ ਹੈ ਕਿ ਨਹੀਂ ਪੈਂਦੀ, ਮੈਨੂੰ ਇਹ ਤਾਂ ਦੱਸ ਦੋ। ਵਾਹਿਗੁਰੂ ਦੀ ਕਿਰਪਾ, ਸਾਡੇ ਪਰਿਵਾਰ ਵਿੱਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੁੰਦਾ। ਇਹ ਤਾਂ ਬਹੁਤ ਵਧੀਆ ਗੱਲ ਹੈ, ਬਾਕੀ ਬਾਕੀ ਸੰਜੋਗਾਂ ਦੀ ਗੱਲ ਹੈ। ਉਹ ਬਰਾਦਰੀ ਦਾ ਮਸਲਾ ਹੈ, ਉਹ ਸਮਾਜ ਦਾ ਮਸਲਾ ਹੈ, ਉਹ ਮੇਰਾ ਮਸਲਾ ਨਹੀਂ ਹੈ। ਮੇਰਾ ਪਰਸਨਲ ਮਸਲਾ ਇਹ ਹੈ, ਮੈਂ ਬਰਾਦਰੀ ਤੋਂ ਬਾਹਰ ਨਹੀਂ ਜਾਣਾ, ਜੋ ਮਰਜ਼ੀ ਹੋ ਜਾਏ ਬਸ। ਵਾਹ ਜੀਜਾ ਜੀ ਵਾਹ, ਕਮਾਲ ਦੀ ਗੱਲ ਏ, ਨਾਲੇ ਚੋਰ ਨਾਲੇ ਚਤਰ। ਹਾਂਜੀ, ਆਪਣਾ ਜਾਤ ਬਰਾਦਰੀ ਦਾ ਰੂਪ ਦਿਖਾ ਕੇ ਤੁਸੀਂ ਮੈਨੂੰ ਡਰਾਉਂਦੇ ਪਏ ਹੋ? ਹੈ, ਕਹਾਉਂਦੇ ਤਾਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਹਾਂ, ਪਰ ਗੁਰੂ ਦੇ ਹੁਕਮ ਦੇ ਉਲਟ ਰਾਮਗੜੀਆ, ਅਰੋੜਾ, ਖੱਤਰੀ, ਪਾਪਾ, ਜੱਟ ਇਹਨਾਂ ਜਾਤਾਂ ਨੂੰ ਅਖਵਾਉਣ ਵਿੱਚ ਫਖਰ ਮਹਿਸੂਸ ਕਰਦੇ ਹਾਂ। ਅਸੀਂ ਬਾਣੀ ਵਿੱਚ ਅਸੀਂ ਰੋਜ਼ਾਨਾ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦੇ ਹਾਂ, ਪਰ ਬਾਣੀ ਦੇ ਵਿਚਾਰ ਕਰਨ ਦੀ ਜੇ ਗੱਲ ਆਉਂਦੀ ਹੈ, ਅਸੀਂ ਕੋਹਾਂ ਦੂਰ ਹੈਗੇ ਹਾਂ ਉਹਨਾਂ ਤੋਂ। ਹੈਂ, ਇੰਨੇ ਕੁ ਅਸੀਂ ਜਾਤਾਂ ਬਰਾਦਰੀਆਂ ਦੇ ਵਿੱਚ ਫਸੇ ਹੋਏ ਹਾਂ ਕਿ ਅਸੀਂ ਆਪਣੀਆਂ ਜਾਤਾਂ ਬਰਾਦਰੀਆਂ ਦੇ ਨਾਂ 'ਤੇ ਗੁਰਦੁਆਰੇ ਵੀ ਬਣਾ ਛੱਡੇ ਨੇ। ਜੇ ਜੀਜਾ ਜੀ ਇਹੋ ਜੇ ਕੰਮ ਕਰਾਉਣੇ ਨੇ ਨਾ ਜਾਤਾਂ ਬਰਾਦਰੀਆਂ ਵਾਲੇ, ਮੇਰੇ ਕੋਲੋਂ ਨਹੀਂ ਹੁੰਦੇ, ਜੇ ਮੇਰੀ ਭਕਾਈ ਨਾ ਕਰਾਓ। ਮੈਂ ਤਾਂ ਇੰਨੀ ਗੱਲ ਜਾਣਦਾ ਵਾਂ ਜੋ ਸੱਚੇ ਪਾਤਸ਼ਾਹ ਕਹਿੰਦੇ ਨੇ, ਥਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ ਜਿਹੇ ਕਰਮ ਕਮਾਏ। ਮੈਂ ਆਪਣੇ ਅਸੂਲਾਂ ਨਾਲ ਕਦਾਚਿਤ ਸਮਝੌਤਾ ਨਹੀਂ ਕਰਨਾ, ਮੈਂ ਜਿਹੜੀ ਗੱਲ ਕਹੀ ਹੈ ਉਹਦੇ ਤੇ ਖੜਾ, ਬਸ ਖੜਾ। ਚਲੋ ਛੱਡੋ ਯਾਰ, ਐਵੇਂ ਫਾਲਤੂ ਦੀਆਂ ਗੱਲਾਂ ਕਰੀ ਜਾਂਦੇ ਨੇ, ਇਹਨਾਂ ਸਵਾਹ ਸਮਝਣਾ।
मैनू लगता है सानू हले होर विचार करनी चाहिए है, काली नहीं करनी चाहिए। ठीक है जी, ये फैसले तो सोच विचार मंगते हैं जी। हाँ जी, चंगा जी, हुण सानू इजाजत दिओ, सत श्री अकाल। चंगा चाकर साहब, बाकी सारी फोन ते गल कर लांगे। सत श्री अकाल जी, सत श्री अकाल जी, सत श्री अकाल जी। ओ एवें टाइम खराब किया। ओ मामा जी, तुहानू कहड़ा सप सौं गया सी, तुसीं तां उत्थों दी अड़ियां नूं थुक ला के भज्जण दी कीती है। ओ हां नाले मामा जी, थुक तो याद आया, तुसीं अपने स्नैक्स विच ही छोड़ आए, कित्थे चले गए सीगे? ओ काका, तेरे प्यो दा नक बड़ा उच्चा है, इहनूं कोई रिश्ता पसंद नहीं आउंदा, मेरा मूड खराब करके रखता है इहने। ओ गल तां सुन लो मामा जी, ओ कर लो घिओ नूं भांडा, मसे दाल रिजन लगी सी ते डैडी जी ने लोह ही बुझा के रख दिती है। ओ जिहदा रिश्ता होना उहनूं तां कोई पुछदा नहीं, आपे ही ना करी जांदे ने। हे रब्बा, मेरे हिस्से इहो जिहे डैडी पाउणे सन। हाय ओए, थक गए। देख लै भैणा, जीजा जी ने किन्ना माड़ा कीता मेरे नाल, इन्हां ने मेरी बेइज्जती करन तों वी जरा जिन्ना संकोच नहीं कीता। ओ मैं ते कहना मामा जी, इन्हां ने तुहाडी सारी बेइज्जती खराब करके रख दित्ती है। घटो घट मेरी इज्जत दा ख्याल रख्या हुंदा, जे रिश्ता नहीं मंजूर सी तां बाद विच आके ना कर सकदे सी, उहनां सामणे इह जात पात दा रौला पाउण दी की लोड़ सीगी? अगले की सोचणगे वी चाकर वी जात पात ते विश्वास रखदा है? ਵੀਰੇ, ਮੈਂ ਤਾਂ ਆਪ ਪਰੇਸ਼ਾਨ ਹੋ ਗਈ ਆ ਇਹਨਾਂ ਦੇ ਮੂੰਹ ਫੱਟ ਹੋਣ ਕਰਕੇ, ਕਈਆਂ ਦੀ ਨਾਰਾਜ਼ਗੀ ਮੁੱਲ ਲੈ ਬੈਠੀ ਆ ਤੇ ਕਈਆਂ ਕੋਲ ਮਾਫੀ ਮੰਗ ਚੁੱਕੀ ਆ। ਬੜੀ ਮਾੜੀ ਗੱਲ ਹੈ ਵੈਸੇ। ਓ ਮੰਮੀ ਜੀ, ਤੁਸੀਂ ਡੈਡੀ ਦਾ ਇਲਾਜ ਕਰਵਾਓ, ਇਹਨਾਂ ਦੇ ਮੂੰਹ ਤੇ ਸਲੰਸਰ ਲਗਵਾ ਕੇ ਰੱਖੋ। ਇਹਨਾਂ ਦੀ ਤਾਂ ਉਹ ਗੱਲ ਹੋਈ, ਪਿੰਡ ਵਸਿਆ ਨਹੀਂ ਤੇ ਚੋਰ ਪਹਿਲਾਂ ਹੀ ਆ ਗਏ। ਮਾਮਾ ਜੀ, ਤੁਸੀਂ ਇਹਨਾਂ ਦੀ ਗੱਲ ਦਾ ਬਿਲਕੁਲ ਵੀ ਗੁੱਸਾ ਨਹੀਂ ਕਰਨਾ, ਇਹਨੇ ਤੁਸੀਂ ਸਾਰਾ ਧਿਆਨ ਮੇਰੇ ਰਿਸ਼ਤੇ ਵੱਲ ਲਗਾ ਕੇ ਰੱਖਣਾ, ਮੈਂ ਸੋਰੀ ਫੀਡ ਕਰਦਾ। ਓ ਕਾਕਾ, ਫੀਡ ਨਹੀਂ ਹੁੰਦਾ ਓਏ, ਫੀਲ ਹੁੰਦਾ ਹੈ। ਕੋਈ ਕੋਈ ਗੱਲ ਆ ਮਾਮਾ ਜੀ, ਤੁਸੀਂ ਸਮਝ ਗਏ ਨਾ। ਭੈਣ, ਮੈਂ ਤਾਂ ਤੇਰੇ ਕਰਕੇ ਚੋਪਾਂ, ਨਹੀਂ ਤਾਂ ਮੈਂ ਤਾਂ ਇਹੋ ਜਿਹੇ ਘਰਾਂ 'ਚ ਪੈਰ ਨਹੀਂ ਪਾਉਂਦਾ। ਚੱਲ ਗੁੱਸਾ ਛੱਡ, ਕਿਤੇ ਹੋਰ ਗੱਲ ਤੋਰ ਕੇ ਤਾਂ ਦੇਖ, ਅੱਗੇ ਬਿੱਲੇ ਦੀ ਉਮਰ ਲੰਘੀ ਜਾਂਦੀ ਹੈ, ਬਿੱਲੇ ਦੀ ਘਰ ਗ੍ਰਸਤੀ ਦਾ ਸਵਾਲ ਹੈ। ਹਾਂ ਭੈਣ, ਮੇਰੇ ਕੋਲ ਇੱਕ ਹੋਰ ਰਿਸ਼ਤਾ ਆਇਆ। ਉਹ ਕਰੋ ਗੱਲ ਮਾਮਾ ਜੀ, ਕਰੋ, ਤੁਸੀਂ ਤਾਂ ਮੇਰੇ ਬਿਊਟੀਫੁੱਲ ਮਾਮਾ ਜੀ ਹੋ। ਓ ਕਾਕਾ, ਬਿਊਟੀਫੁੱਲ ਨਹੀਂ ਹੁੰਦਾ, ਨਹੀਂ ਹੁੰਦਾ ਬਿਊਟੀਫੁੱਲ, ਹੈਂਡਸਮ ਹੁੰਦਾ ਹੈ। ਕੋਈ ਗੱਲ ਆ, ਬੇਵਕੂਫ ਹੈ ਪੂਰਾ। ਲਿਆ ਮੋਬਾਈਲ ਦੇ। ਓ ਕੰਜਰਾ, ਮੇਰਾ ਨਹੀਂ ਓ, ਆਪਣਾ ਫੜਾ, ਇਹਦੇ ਚ ਬੈਲੈਂਸ ਖਤਮ ਹੈ। ਹੈਲੋ ਮਾਮਾ ਜੀ, ਹੈਲੋ, ਥੋੜੀ ਗੱਲ ਕਰਨਾ, ਥੋੜੀ। ਵਿਆਹ ਕਰਾਉਣਾ ਕਿ ਨਹੀਂ ਕਰਾਉਣਾ? ਨਹੀਂ ਨਹੀਂ, ਤੁਸੀਂ ਕਰੋ ਮਾਮਾ ਜੀ, ਕਰੋ ਕਰੋ ਕਰੋ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸੁਖਜਿੰਦਰ ਸਿੰਘ ਚਾਕਰ ਬੋਲ ਰਿਹਾ। ਸਾਬਤ ਸੂਰਤ ਨਸ਼ਿਆਂ ਰਹਿਤ ਰਿਸ਼ਤਿਆਂ ਵਾਸਤੇ ਹਰ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ। ਹੋਰ ਸਭ ਠੀਕ ਠਾਕ? ਮੇਰਾ ਭਾਣਜਾ ਹੀ ਹੈ ਜੀ। ਹਾਂ ਹਾਂ, ਬਾਕੀ ਮਿਲਣ 'ਤੇ ਆਪਾਂ ਸਾਰੀਆਂ ਗੱਲਾਂ ਕਰ ਲਾਂਗੇ। ਚਲੋ ਠੀਕ ਹੈ ਜੀ, ਮੈਂ ਨਾਲ ਹੀ ਲੈ ਆਵਾਂਗਾ ਉਹਨਾਂ ਨੂੰ, ਨਾਲੇ ਆਪਾਂ ਬਹਿ ਕੇ ਉੱਥੇ ਸਾਰੀਆਂ ਗੱਲਾਂ ਬਾਤਾਂ ਕਰ ਲਾਂਗੇ। ਠੀਕ ਹੈ ਨਾ ਜੀ, ਆ ਐਤਵਾਰ ਨੂੰ ਮਿਲਦੇ ਹਾਂ ਗੁਰਦੁਆਰੇ। ਚੰਗਾ ਜੀ, ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਬਈ ਸਤਿੰਦਰ, ਮੈਂ ਗੱਲ ਕਰ ਲਈ ਏ, ਤੂੰ ਧਿਆਨ ਰੱਖੀ, ਇਸ ਵਾਰੀ ਕੋਈ ਗੜਬੜ ਨਹੀਂ ਹੋਣੀ ਚਾਹੀਦੀ। ਪਿਆਰੇ ਜੀਜਾ ਜੀ, ਉਹ ਮੇਰੀ ਪੱਗ ਦਾ ਖਿਆਲ ਰੱਖਿਓ, ਥੋੜ੍ਹਾ ਜਿਹਾ ਖਿਆਲ ਰੱਖਿਓ। ਇਸ ਗੱਲ ਦੀ ਗਰੰਟੀ ਮੈਂ ਲੈਣਾ ਮਾਮਾ ਜੀ। ਚਾਕਰ ਸਾਹਿਬ, ਇਸ ਵਾਰ ਧਿਆਨ ਰੱਖਣਾ, ਕੋਈ ਚੱਜ ਦਾ ਰਿਸ਼ਤਾ ਲਿਆਉਣਾ, ਐਵੇਂ ਕੁੱਤੇ ਭਕਾਈ ਨਾ ਕਰਾਈ ਜਾਓ ਸਾਡੇ ਤੋਂ। ਇਹਦਾ ਕੀ ਹੈ, ਇਹ ਤਾਂ ਹਰ ਟਾਈਮ ਹੀ ਤਿਆਰ ਰਹਿੰਦਾ। ਛੱਡੋ ਯਾਰ, ਇਹ ਕੋਈ ਗੱਲ ਏ, ਇਹ ਕੋਈ ਗੱਲਾਂ ਚੋਂ ਗੱਲ ਏ, ਮੁੰਡੇ ਦਾ ਵਿਆਹ ਕਰਨਾ ਤੇ ਇਹ ਕੁੱਤੇ ਭਕਾਈ ਸੁਣਾਈ ਜਾਂਦੇ ਨੇ ਮੈਨੂੰ। ਉਹ ਚਲੋ, ਬਾਕੀ ਸਾਰੀਆਂ ਗੱਲਾਂ ਠੀਕ ਨੇ ਹੁਣ। ਠੀਕ ਹੈ ਜੀ ਭੈਣ, 5 ਵਜੇ ਐਤਵਾਰ ਨੂੰ ਭਾਈ ਰਣਧੀਰ ਸਿੰਘ ਨਗਰ ਈ ਬਲਾਕ ਦੇ ਗੁਰਦੁਆਰੇ ਆਪਾਂ ਜਾਣਾ ਹੈ। ਉੱਥੇ ਸਰਦਾਰ ਅਰਵਿੰਦਰ ਸਿੰਘ ਹਰਾਂ ਦਾ ਪਰਿਵਾਰ ਆਏਗਾ ਤੇ ਉੱਥੇ ਆਪਾਂ ਉਹਨਾਂ ਨੂੰ ਮਿਲਣਾ, ਉਹਨਾਂ ਦੀ ਬੱਚੀ ਨਾਲ ਆਪਾਂ ਰਿਸ਼ਤੇ ਦੀ ਗੱਲਬਾਤ ਕਰਨੀ ਬਿੱਲੇ ਦੀ। ਠੀਕ ਹੈ, ਤੁਸੀਂ 5 ਵਜੇ ਤਿਆਰ ਰਹਿਣਾ। ਐ ਕਰੀ ਵੀਰੇ, ਤੁਸੀਂ ਇੱਥੇ ਹੀ ਆ ਜਾਣਾ, ਆਪਾਂ ਇੱਥੋਂ ਇਕੱਠੇ ਚੱਲਾਂਗੇ। ਚੱਲ ਠੀਕ ਹੈ, ਮੈਂ ਇੱਥੇ ਹੀ ਆ ਜਾਵਾਂਗਾ। ਚੰਗਾ ਮਾਮਾ ਜੀ, ਇਸ ਵਾਰੀ ਗੱਲ ਕਰਾ ਕੇ ਰਹਿਣੀ ਹੈ ਮੇਰੀ।
ਸਤਿਕਾਲ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਸੋਚਦਾ ਆਪਾਂ ਬਾਹਰ ਚੱਲ ਕੇ ਗੱਲਾਂ ਕਰੀਏ, ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਖੁੱਲ ਕੇ ਗੱਲਾਂ ਨਹੀਂ ਹੋ ਸਕਦੀਆਂ, ਮੈਂ ਰੱਬ ਤੋਂ ਬਹੁਤ ਡਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾ ਕਰਿਓ ਜੀ, ਲੇਟ ਹੋ ਗਿਆ, ਕਿਸੇ ਦੀ ਅਰਦਾਸ ਸੀ ਤੇ ਉੱਥੇ ਸਮਾਂ ਲੱਗ ਗਿਆ, ਤੁਹਾਨੂੰ ਪਤਾ ਹੈ ਸਮਾਂ ਫਿਰ ਲੱਗ ਹੀ ਜਾਂਦਾ ਹੈ। ਲੇਟ ਹੋ ਗਿਆ, ਕਦੇ ਕਿਤੇ ਟਾਈਮ ਸਿਰ ਵੀ ਪਹੁੰਚ ਜਾਇਆ ਕਰ। ਇਹ ਨੇ ਸਰਦਾਰ ਅਰਵਿੰਦਰ ਸਿੰਘ ਜੀ, ਇਹ ਨੇ ਭਾਟੀਆ ਸਾਹਿਬ, ਇਹ ਉਹਨਾਂ ਦੀ ਧਰਮ ਪਤਨੀ ਬੀਬੀ ਤਜਿੰਦਰ ਕੌਰ ਜੀ, ਇਹ ਨੇ ਮਿਸਿਸ ਭਾਟੀਆ, ਇਹ ਉਹਨਾਂ ਦੀ ਬੱਚੀ ਹੈ ਤੇ ਇਹ ਬਲਵਿੰਦਰ ਸਿੰਘ ਹਨ। ਕੀ ਕਰਦੇ ਨੇ ਕਾਕਾ ਜੀ? ਜੀ ਪ੍ਰੋਪਰਟੀ ਦਾ ਕਾਰੋਬਾਰ ਹੈ। ਪ੍ਰੋਪਰਟੀ ਚ ਬਿਲਡਰ ਹੋ, ਇਨਵੈਸਟਰ ਹੋ ਜਾਂ ਕਮਿਸ਼ਨ ਏਜੰਟ ਹੋ? ਜੀ ਸਭ ਕੁਝ ਹੀ ਕਰ ਲਈਦਾ ਜੀ। ਫਿਰ ਤਾਂ ਆਲ ਰਾਊਂਡਰ ਹੋ। ਸਟੱਡੀ ਕਿੱਥੋਂ ਤੱਕ ਕੀਤੀ ਹੈ ਕਾਕਾ ਜੀ ਨੇ? ਜੀ ਅੰਦਰ ਬੀਏ ਆ ਜੀ। ਹੈਂ, ਅੰਡਰ ਬੀਏ? ਇਹ ਚੱਲੇ ਦਾ ਮਤਲਬ ਹੈ ਅੰਡਰ ਬੀਏ। ਉਹ ਜ਼ਬਾਨ ਫਿਸਲ ਗਈ ਸੀ ਮੇਰੀ। ਕੀ ਗੱਲ, ਪੜ੍ਹਾਈ ਵਿੱਚ ਕੋਈ ਛੱਡ ਦਿੱਤੀ? ਨਹੀਂ ਨਹੀਂ, ਮੈਂ ਪੜ੍ਹਾਈ ਵਿੱਚ ਨਹੀਂ ਛੱਡੀ। ਫੇਰ ਪੜ੍ਹਾਈ ਨੇ ਮੈਨੂੰ ਵਿੱਚੇ ਛੱਡਤਾ? ਜੀ ਗੁੱਸਾ ਨਾ ਕਰਨਾ, ਬੜਾ ਮਜ਼ਾਕੀਆ ਹੈ ਮੇਰਾ ਬਲਵਿੰਦਰ। ਤੇ ਸੱਚਾ ਸੁੱਚਾ ਵੀ? ਦੇਖੋ ਜੀ, ਸੱਚਾਈ ਦੇ ਇਲਾਵਾ ਸਾਡੇ ਪੱਲੇ ਹੈ ਕੀ? ਨਾਲੇ ਸੱਚਾਈ ਤਾਂ ਸਾਡੇ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ। ਮੈਂ ਤਾਂ ਇਹ ਕਹਿਣਾ, ਜੇ ਪੱਲੇ ਹੋਵੇ ਸੱਚ ਤਾਂ ਨੰਗਾ ਹੋ ਕੇ ਨੱਚ। ਬੇਟੇ ਕੀ ਨਾਮ ਹੈ ਤੁਹਾਡਾ? ਜੀ ਗੁਰਪ੍ਰੀਤ ਕੌਰ। ਹੋਰ ਘਰ ਦਾ ਸਭ ਕੰਮ ਕਰ ਲੈਂਦੇ ਹੋ? ਜੀ ਹਾਂਜੀ, ਘਰੇਲੂ ਕੰਮ ਕਾਜ ਤੇ ਮਾਹਿਰ ਹੈ ਸਾਡੇ ਗੁਰਪ੍ਰੀਤ। ਇਸ ਨੂੰ ਤਾਂ ਨਵੀਂ ਨਵੀਂ ਡਿਸ਼ਾਂ ਬਣਾਉਣ ਦਾ ਬੜਾ ਸ਼ੌਂਕ ਹੈ, ਹਰ ਚ ਕੋਈ ਨਾ ਕੋਈ ਨਵੀਂ ਡਿਸ਼ ਬਣਾਉਣ ਬੈਠ ਜਾਂਦੀ ਹੈ। ਬਹੁਤ ਅੱਛੀ ਗੱਲ ਹੈ, ਨਹੀਂ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਕੰਮ ਕਰਕੇ ਨਹੀਂ ਰਾਜੀ। ਹਰਨੂਰ, ਮੇਰੇ ਮੂੰਹ ਤਾਂ ਹੁਣੀ ਪਾਣੀ ਆਉਣ ਲੱਗ ਗਿਆ ਯਾਰ। ਉਹ ਬਿੱਲਾ ਵੀਰੇ, ਜੇ ਡੈਡੀ ਨੇ ਹੁਣ ਨਾ ਕਰਤੀ ਨਾ ਤਾਂ ਸਮਝੀ ਡੈਡੀ ਦੀ ਨੀਅਤ ਚ ਖੋਟ ਹੈ। ਹਾਂ ਬਸ। ਹੋਰ ਕਿੱਥੇ ਤੱਕ ਪੜ੍ਹੇ ਹੋ? ਐਮਏ ਕੀਤਾ ਜੀ। ਹੋਰ ਅੱਗੋਂ ਨਹੀਂ ਪੜ੍ਹੇ ਤੁਸੀਂ? ਨਹੀਂ, ਕੰਪਿਊਟਰ ਕੋਰਸ ਕਰ ਰਹੀ ਹਾਂ। ਚਲੋ ਮੈਂ ਤਾਂ ਐਵੇਂ ਪੁੱਛ ਲਿਆ, ਅਸੀਂ ਕਿਹੜਾ ਨੌਕਰੀ ਕਰਵਾਉਣੀ ਹੈ? ਹੋਰ ਸ਼ੌਂਕ ਕੀ ਨੇ ਤੁਹਾਡੇ, ਮੇਰਾ ਮਤਲਬ ਹੌਬੀਜ਼ ਕੀ ਨੇ ਤੁਹਾਡੀਆਂ? ਲਿਸਨਿੰਗ ਟੂ ਮਿਊਜ਼ਿਕ ਐਂਡ ਨੈੱਟ ਸਰਫਿੰਗ। ਇਹ ਤਾਂ ਬਹੁਤ ਅੱਛੀ ਗੱਲ ਹੈ। ਫਿਰ ਤਾਂ ਮਾਮਾ ਜੀ ਮੈਨੂੰ ਹੀ ਪੜ੍ਹਨੇ ਪਾ ਦੇਗੀ। ਉਹ ਮਾਮਾ ਜੀ ਤੁਸੀਂ ਨਾ ਹਾਂ ਕਰ ਹੀ ਦਿਓ, ਐਵੇਂ ਡੈਡੀ ਜੀ ਨੇ ਕੋਈ ਨਾ ਕੋਈ ਨਵੀਂ ਟੁੱਚੜਾ ਕੇ ਬਹਿ ਹੀ ਜਾਣਾ। ਉਹ ਕਾਕਾ ਜੀ, ਜਦ ਤੱਕ ਤੇਰਾ ਪਿਓ ਹਾਂ ਨਹੀਂ ਨਾ ਕਰੇਗਾ ਤਦ ਤੱਕ ਗੱਲ ਕੋਈ ਨਹੀਂ ਬਣਨੀ। ਕੱਲ ਆਨਾ ਪੈ, ਸਬਰ ਰੱਖ। ਉਹ ਮਾਮਾ ਜੀ 30 ਸਾਲ ਦਾ ਸਬਰ ਹੀ ਤਾਂ ਕਰਦਾ ਪਿਆ ਤੇ ਤੁਸੀਂ ਕਹਿੰਦੇ ਹੋ ਕੱਲ ਆਨਾ ਪੈ। ਤੁਸੀਂ ਮੇਰੀ ਥਾਂ ਤੇ ਹੁੰਦੇ ਨਾ ਫਿਰ ਪੁੱਛਦਾ, ਸਬਰ ਕਿਹਨੂੰ ਕਹਿੰਦੇ ਨੇ? ਮਾਫ ਕਰਨਾ, ਮੇਰਾ ਫੋਨ ਆਇਆ। ਵੀਰ ਜੀ, ਸੁਖਜਿੰਦਰ ਸਿੰਘ ਚਾਕਰ ਬੋਲ ਰਿਹਾ, ਸਾਬਤ ਸੂਰਤ। ਤੁਸੀਂ ਕਿਸ ਤਰ੍ਹਾਂ ਦਾ ਵਿਆਹ ਚਾਹੁੰਦੇ ਹੋ? ਦੇਖੋ ਜੀ, ਵਿਆਹ ਤਾਂ ਅਸੀਂ ਗੱਜ ਵੱਜ ਕੇ ਕਰਨਾ ਚਾਹੁੰਦੇ ਆ, ਬਰਾਦਰੀ ਚ ਮੇਰੀ ਕੋਈ ਇੱਜ਼ਤ ਹੈ, ਸਾਡੇ ਵੀ ਦਿਲ ਚ ਕੁਝ ਚਾਅ ਨੇ, ਅਸੀਂ ਉਹ ਸਾਰੇ ਚਾਅ ਲਾਉਣੇ ਆ ਇਹਦੇ ਵਿਆਹ ਦੇ ਵਿੱਚ। ਇਸ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜਿਸ ਤਰ੍ਹਾਂ ਦਾ ਵਿਆਹ ਕਹੋਗੇ ਉਸੇ ਤਰ੍ਹਾਂ ਹੀ ਕਰ ਲਾਂਗੇ, ਜਿਸ ਥਾਂ ਤੇ ਕਹੋਗੇ ਉਸ ਥਾਂ ਤੇ ਹੋ ਜਾਏਗਾ, ਜੋ ਲੈਣ ਦੇਣ ਕਹੋਗੇ ਉਹ ਲੈਣ ਦੇਣ ਵੀ ਹੋ ਜਾਏਗਾ। ਬਾਕੀ ਉਹ ਤਾਂ ਚੱਕਰ ਸਾਹਿਬ ਤੁਹਾਨੂੰ ਦੱਸ ਹੀ ਦੇਣਗੇ, ਤੁਸੀਂ ਸਮਝ ਗਏ ਨਾ, ਇਹਦਾ ਖਾਸ ਧਿਆਨ ਰੱਖਣਾ ਹੈ ਖਾਸ। ਮੈਂ ਤੁਹਾਡਾ ਇਸ਼ਾਰਾ ਸਮਝਿਆ ਨਹੀਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਗਲਾਸੀ ਤਾਂ ਹਰ ਵਿਆਹ ਦੀ ਸ਼ਾਨ ਹੁੰਦੀ ਹੈ, ਔਰ ਗੱਲ ਸੁਣੋ, ਵਧੀਆ ਬ੍ਰਾਂਡ ਦੀ ਹੋਵੇ, ਖਾਸ ਕਰਕੇ ਇੰਪੋਰਟਡ। ਤੁਹਾਡਾ ਇਸ਼ਾਰਾ ਕਿਤੇ ਸ਼ਰਾਬ ਵੱਲ ਤਾਂ ਨਹੀਂ? ਉਹ ਸ਼ਰਾਬ ਨਹੀਂ, ਅੱਜ ਕੱਲ ਇਹਨੂੰ ਸੋਸ਼ਲ ਡਰਿੰਕ ਕਹਿੰਦੇ ਆ। ਆਪਾਂ ਗੁਰਦੁਆਰਾ ਸਾਹਿਬ ਬੈਠੇ ਹਾਂ, ਥੋੜਾ ਜਿਹਾ ਰੱਬ ਤੋਂ ਡਰੋ। ਵਾਹ ਜੀ ਵਾਹ, ਤੁਹਾਨੂੰ ਗੁਰਦੁਆਰੇ ਦੀ ਚਿੰਤਾ ਤਾਂ ਹੈ ਪਰ ਆਪਣੇ ਸਰੀਰ ਰੂਪੀ ਮੰਦਰ ਦੀ ਚਿੰਤਾ ਨਹੀਂ। ਕੀ ਤੁਸੀਂ ਇਸ ਸਰੀਰ ਨੂੰ ਸ਼ਰਾਬ ਦੇ ਨਾਲ ਤਬਾਹ ਕਰਨਾ ਚਾਹੁੰਦੇ ਹੋ? ਸ਼ਰਾਬ ਤੇ ਸਿੱਖ ਦਾ ਕੀ ਰਿਸ਼ਤਾ? ਸ਼ਰਾਬ ਤੇ ਸਿੱਖ ਦਾ ਤਾਂ ਕੋਈ ਰਿਸ਼ਤਾ ਹੀ ਨਹੀਂ। ਉਹ ਯਾਰ ਮੈਂ ਕਿਹੜਾ ਪੀਣਾ, ਮੈਂ ਤਾਂ ਬਰਾਤੀਆਂ ਦੀ ਸੇਵਾ ਕਰਨ ਦੀ ਗੱਲ ਕਰ ਰਿਹਾ। ਬਰਾਤੀਆਂ ਦੀ ਸੇਵਾ ਸ਼ਰਾਬ ਨਾਲ ਹੀ ਕੀਤੀ ਜਾ ਸਕਦੀ ਹੈ, ਹੋਰ ਕਿਸੇ ਢੰਗ ਨਾਲ ਨਹੀਂ ਕੀਤੀ ਜਾ ਸਕਦੀ, ਹੋਰ ਵੀ ਕਈ ਢੰਗ ਨੇ। ਫੋਨ ਆ ਗਿਆ ਸੀ ਇਸ ਕਰਕੇ ਜਰਾ ਗੱਲਬਾਤ ਕਰਨੀ ਸੀ। ਚੰਗਾ ਹੋਇਆ, ਇਹਦੇ ਸਾਹਮਣੇ ਤਾਂ ਕੋਈ ਗੱਲ ਵੀ ਨਹੀਂ ਹੋਣੀ ਸੀ।
ਕੀ ਸੋਚਿਆ? ਇਹ ਕੰਮ ਤਾਂ ਬਹੁਤ ਸਬਰ ਮੰਗਦਾ ਏ। ਆਖਿਰਕਾਰ ਦੋ ਘਰਾਂ ਦੀ ਜ਼ਿੰਦਗੀ ਦਾ ਸਵਾਲ ਹੈ। ਦੋ ਘਰਾਂ ਨੇ ਆਪਸ ਵਿੱਚ ਮੇਲ ਜੋੜਨਾ ਹੈ। ਸਾਨੂੰ ਕੱਲ ਹੀ ਨਹੀਂ ਕਰਨੀ ਚਾਹੀਦੀ। ਚਲੋ ਅਸੀਂ ਵੀ ਘਰੇ ਜਾ ਕੇ ਸੋਚ ਵਿਚਾਰ ਕਰ ਲੈਂਦੇ ਹਾਂ। ਬਾਕੀ ਤੁਹਾਨੂੰ ਚੱਕਰ ਸਾਹਿਬ ਦੱਸ ਦੇਣਗੇ ਜਿੱਦਾਂ ਵੀ ਹੋਊ। ਚੰਗਾ ਜੀ ਫਿਰ। ਠੀਕ ਹੈ ਜੀ, ਸੋਚ ਕੇ ਦੱਸ ਦੇਣਾ। ਸਤਿ ਸ਼੍ਰੀ ਅਕਾਲ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਡੈਡੀ ਜੀ, ਇੱਥੇ ਤਾਂ ਨਾ ਕਰਨ ਵਾਲੀ ਕੋਈ ਗੱਲ ਨਹੀਂ ਸੀ। ਕੁੜੀ ਤਾਂ ਬਹੁਤ ਸੋਹਣੀ ਸੀ। ਉਹ ਕਰਾਵਾਂ ਤੇਰੀ ਹਾਂ ਮੈਂ, ਲੈ ਹੁਣੇ ਤੇਰੀ ਹਾਂ ਕਰਾਉਣਾ। ਪਤਾ ਕਰਾ ਤੇਰੇ ਲਾਵਾ ਫੇਰੇ ਕਰਾਉਣਾ। ਕਿਹੜਾ ਦਿਨ ਸੀ ਜਦੋਂ ਇਹ ਮਨੂਜ ਘਰੇ ਜੰਮ ਪਿਆ ਸੀਗਾ? ਕੋਈ ਕੁੜੀ ਵਾਲੇ ਆਉਂਦੇ ਆ ਦੇਖ ਕੇ ਮੁੜ ਜਾਂਦੇ। ਕਰ ਲਿਆ ਲਹੂ ਪੀ ਲਿਆ ਇਹਨੇ, ਜਿੱਦਣ ਦਾ ਜੰਮਿਆ ਕਿਸੇ ਕਿਨਾਰੇ ਨੀ ਲੱਗਦਾ, ਨਾ ਕੋਈ ਕਰਦਾ ਨਾ ਕਤਰਦਾ। ਉਹ ਡੈਡੀ ਜੀ, ਹਾਂ ਕਰ ਹੀ ਦਿੰਦੇ, ਐਵੇਂ ਸੋਚੀ ਜਾਓਗੇ? ਇਸ ਰਿਸ਼ਤੇ 'ਚ ਮੈਨੂੰ ਕੋਈ ਕਮੀ ਨਹੀਂ ਲੱਗ ਰਹੀ, ਮੇਰੇ ਵੱਲੋਂ ਤਾਂ ਹਾਂ ਹੀ ਸਮਝੋ। ਉਹ ਤੇਰੀ ਤਾਂ ਹਰ ਪਾਸੇ ਹੀ ਹਾਂ ਹੁੰਦੀ ਹੈ, ਤੂੰ ਆਪਣੇ ਦਿਮਾਗ ਦੇ ਘੋੜੇ ਨਾ ਭਜਾਇਆ ਕਰ। ਉਹ ਮੈਨੂੰ ਭਜਾਉਣ ਦੇ ਆਪਣੇ ਦਿਮਾਗ ਦੇ ਘੋੜੇ, ਮੈਂ ਆਪੇ ਦੇਖ ਕੇ ਕਰ ਲਾਂਗਾ। ਉਹ ਤੁਹਾਡੇ ਘੋੜਿਆਂ ਦੇ ਆਸਰੇ ਤਾਂ ਮੈਂ ਚੜ ਗਿਆ ਘੋੜੀ। ਉਹ ਕਾਕਾ ਸਬਰ ਰੱਖ, ਸਬਰ, ਤੇਰੇ ਪਿਓ ਵਰਗੇ ਘੋੜੀ ਚੜ ਗਏ ਤੇ ਤੇਰਾ ਵੀ ਹੋ ਜਾਏਗਾ ਬਿਆ। ਕੋਈ ਗੱਲ ਨਹੀਂ, ਸਬਰ ਰੱਖ ਸਬਰ। ਹਾਂਜੀ, ਕੀ ਪ੍ਰੋਗਰਾਮ ਬਣਾਇਆ ਹੁਣ ਤੁਸੀਂ? ਉਹ ਯਾਰ, ਸਾਡਾ ਐਵੇਂ ਨਾ ਟਾਈਮ ਖਰਾਬ ਕਰਿਆ ਕਰੋ, ਅਸੀਂ ਵਿਹਲੇ ਥੋੜੀਆਂ, ਹੋਰ ਵੀ 36 ਕੰਮ ਕਰਨੇ ਹੁੰਦੇ ਆ। ਤੁਹਾਡਾ ਟਾਈਮ ਜਿਵੇਂ ਬੜਾ ਕੀਮਤੀ ਹੈ, ਸਾਰੇ ਦੇਸ਼ ਦੀ ਵਾਗਡੋਰ ਤੁਹਾਡੇ ਹੀ ਹੱਥ ਹੈ, ਜਿਹੜਾ ਮੁੰਡੇ ਦੇ ਵਿਆਹ ਲਈ ਵੀ ਟਾਈਮ ਨਹੀਂ। ਨਾ ਹੁਣ ਇਸ ਰਿਸ਼ਤੇ 'ਚ ਕੀ ਹੋ ਗਿਆ? ਉਹ ਯਾਰ, ਕੁੜੀ ਥੋੜਾ ਘੱਟ ਪੜੀ ਆ, ਗੱਲਬਾਤ ਹੈ ਨੀ ਗੀ ਯਾਰ ਇੰਨੀ। ਸਾਨੂੰ ਪੜ੍ਹੀ ਲਿਖੀ ਕੁੜੀ ਚਾਹੀਦੀ ਹੈ ਬਿੱਲੇ ਵਾਸਤੇ। ਆਪਣਾ ਬਿੱਲਾ ਕਿਹੜਾ ਡਾਕਟਰੀ ਪਾਸ ਹੈ? ਉਸਨੇ ਵੀ ਤਾਂ ਤੁਹਾਡੇ ਵੱਡੇ ਵਡੇਰਿਆਂ ਦੀ ਪਰੰਪਰਾ ਨੂੰ ਟੁੱਟਣ ਨਹੀਂ ਦਿੱਤਾ। ਹੈ ਪਰੰਪਰਾ? ਉਹ ਕਿਹੜੀ ਪਰੰਪਰਾ? ਦਸਵੀਂ ਤੋਂ ਅੱਗੇ ਪੜ੍ਹਨ ਦੀ ਪਰੰਪਰਾ। ਉਹ ਚੁੱਪ ਕਰ ਜਾ, ਐਵੇਂ ਕੈਂਚੀ ਵਾਂਗੂ ਜ਼ਬਾਨ ਚਲਾਉਂਦੀ ਰਹਿਣੀ ਹੈ। ਛੋਟੇ ਬੰਦੇ ਛੋਟੀ ਸੋਚ, ਤੈਨੂੰ ਪਤਾ ਨਹੀਂ ਸਾਡੀ ਬਰਾਦਰੀ ਦਾ ਅਸੀਂ ਕਿਹੜੀ ਬਰਾਦਰੀ ਨਾਲ ਸੰਬੰਧ ਰੱਖਦੇ ਹਾਂ। ਇਹ ਠੀਕ ਹੈ, ਦੂਜੇ ਦਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੌਮੀ। ਵਾਹ ਬਈ ਵਾਹ, ਅਖੇ ਕਹਿੰਦੇ ਨੇ ਜਿੱਥੇ ਮੇਰਾ ਆਨੰਦ ਕੋਸ਼ ਉੱਥੇ ਬਿੱਲੀ ਮੇਰੀ ਦਾ ਕੋ ਨਹੀਂ ਦੋਸ਼। ਹੂੰ, ਚਾਕਰ ਸਾਹਿਬ, ਜੇ ਤੁਹਾਡੇ ਕੋਲੇ ਕੋਈ ਹੋਰ ਰਿਸ਼ਤਾ ਹੈ ਤਾਂ ਦੱਸੋ, ਮੈਂ ਆਪਣੇ ਅਸੂਲਾਂ ਨਾਲ ਕਦਾਚਿਤ ਸਮਝੌਤਾ ਨਹੀਂ ਕਰਨਾ। ਤੁਸੀਂ ਚੁੱਪ ਰਹੋ ਜੀ, ਮੇਰੇ ਵੀਰੇ ਕੋਲ ਰਿਸ਼ਤਿਆਂ ਦੀ ਕਮੀ ਥੋੜਾ ਹੈ। ਜਿਹੜਾ ਹੁਣ ਇਹਨੇ ਵਿਆਹ ਦਾ ਜਿੰਮਾ ਲੈ ਹੀ ਲਿਆ ਨਾ, ਤੇ ਵਿਆਹ ਕਰਾ ਕੇ ਬੈਠੂਗਾ। ਕਿਉਂ ਵੀਰੇ, ਠੀਕ ਹੈ ਨਾ? ਹਾਂਜੀ, ਮੈਂ ਤਾਂ ਡੈਡੀ ਜੀ ਦੀਆਂ ਅਨਪ੍ਰੈਗਨੈਂਸੀ ਡਿਮਾਂਡਾਂ ਤੋਂ ਦੁਖੀ ਹੋ ਗਿਆ ਹਾਂ। ਮੇਰੇ ਇਸੋ ਹੀ ਇਹੋ ਜਿਹੇ ਡੈਡੀ ਪਾਣੇ ਸਨ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਜੀਜਾ ਜੀ, ਇਹ ਹਨ ਸਰਦਾਰ ਜਗਜੀਤ ਸਿੰਘ ਜੀ, ਇਹਨਾਂ ਦੀ ਬੇਟੀ ਦਾ ਨਾਮ ਕਰਨਪ੍ਰੀਤ ਕੌਰ ਹੈ ਅਤੇ ਉਹਨੇ ਐੱਮ ਐੱਸ ਸੀ ਕੀਤੀ ਹੋਈ ਹੈ ਅਤੇ HDFC ਬੈਂਕ ਵਿੱਚ ਪੱਕੀ ਨੌਕਰੀ 'ਤੇ ਹੈ।
ਧੰਨ ਭਾਗ ਸਾਡੇ ਜਿਨ੍ਹਾਂ ਦਰਸ਼ਨ ਕੀਤੇ ਤੁਹਾਡੇ। ਦਰਸ਼ਨ ਕਾਦੇ ਜੀ, ਅਸੀਂ ਤਾਂ ਆਪਣੀ ਬੱਚੀ ਵਾਸਤੇ ਰਿਸ਼ਤਾ ਦੇਖਦੇ ਸੀ ਤੇ ਚਾਕਰ ਸਾਹਿਬ ਤੁਹਾਡੇ ਕੋਲ ਲਿਆਏ। ਅਸੀਂ ਵੀ ਨੇਕ ਪਰਿਵਾਰ ਹੀ ਲੱਭ ਰਹੇ ਹਾਂ, ਹੋਰ ਕੁਝ ਨਹੀਂ ਚਾਹੀਦਾ ਸਾਨੂੰ। ਜੇ ਲੜਕਾ ਮਿਹਨਤੀ ਤੇ ਇਮਾਨਦਾਰ ਹੋਏਗਾ, ਆਪਣੀ ਰੋਜ਼ੀ ਰੋਟੀ ਕਮਾ ਕੇ ਆਪੇ ਆਪਣਾ ਘਰ ਬਣਾ ਲਏਗਾ। ਬਿਲਕੁਲ ਜੀ, ਸਾਡਾ ਬਿੱਲਾ ਬਹੁਤ ਮਿਹਨਤੀ ਤੇ ਹੋਣਹਾਰ ਹੈ। ਹੈ ਬਿੱਲਾ, ਇਹ ਕੌਣ ਹੈ ਜੀ? ਅਸੀਂ ਆਪਣੇ ਬੇਟੇ ਬਲਵਿੰਦਰ ਨੂੰ ਪਿਆਰ ਨਾਲ ਬਿੱਲਾ ਕਹਿੰਦੇ ਹਾਂ। ਤੇ ਗੁੱਸੇ ਨਾਲ ਬਲਵਿੰਦਰ ਸਿੰਘ, ਤੁਸੀਂ ਬਲਵਿੰਦਰ ਨਾਲ ਹਾਲ ਤੱਕ ਮਿਲਾਇਆ ਕਿਉਂ ਨਹੀਂ? ਜੇ ਬੇਟਾ ਘਰ ਹੈ, ਤੁਸੀਂ ਬੁਲਾ ਲਓ ਤੇ ਅਸੀਂ ਮਿਲ ਲੈਣੇ ਆ। ਉਹ ਕਿੱਥੇ ਹੈ ਤੇਰਾ ਲਾਲ? ਅੱਜ ਤਾਂ ਸਮੇਂ ਸਿਰ ਘਰ ਆ ਜਾਂਦਾ, ਪਤਾ ਨਹੀਂ ਉਹਨੂੰ ਕੁੜੀ ਵਾਲੇ ਘਰ ਦੇਖਣ ਵਾਸਤੇ ਆ ਰਹੇ ਆ। ਪਤਾ ਨਹੀਂ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਕਦੋਂ ਹੋਏਗਾ ਇਹਨੂੰ। ਆ ਜਾਏਗਾ, ਉਹਦੀ ਕਿਹੜਾ ਮਾੜੀ ਸੰਗਤ ਹੈ ਜਿਹੜੀ ਸਾਨੂੰ ਚਿੰਤਾ ਕਰਨੀ ਪਵੇ। ਮੈਂ ਫੋਨ ਕਰਕੇ ਪੁੱਛ ਲੈਂਦੀ ਹਾਂ ਹੁਣੇ। ਬੱਚੇ ਤਾਂ ਮਿਹਨਤੀ ਕਿਸੇ ਕਿਸੇ ਦੇ ਹਿੱਸੇ ਆਉਂਦੇ ਨੇ, ਨਹੀਂ ਤਾਂ ਬਹੁਤੇ ਤਾਂ ਆਪਣੇ ਵੱਡੇ ਵਡੇਰਿਆਂ ਦੀ ਧੰਨ ਦੌਲਤ ਤੇ ਐਸ਼ ਕਰਦੇ ਨੇ ਤੇ ਬਾਅਦ ਵਿੱਚ ਬੁਰੀ ਸੰਗਤ ਵਿੱਚ ਪੈ ਕੇ ਵਿਗੜ ਜਾਂਦੇ ਨੇ। ਛੱਡੋ ਜੀ, ਪੈਸਾ ਤਾਂ ਹੱਥ ਦੀ ਮੈਲ ਹੈ, ਅੱਜ ਤੁਹਾਡੇ ਕੋਲੇ ਕੱਲ ਮੇਰੇ ਕੋਲੇ, ਇਹਦਾ ਕੁਛ ਨਹੀਂ ਪਤਾ ਲੱਗਦਾ ਕਦੋਂ ਕਿੱਧਰ ਚਲਾ ਜਾਵੇ। ਬਿੱਲੇ ਵੀਰੇ ਦੇ ਵਿਆਹ ਦੀਆਂ ਗੱਲਾਂ ਛੱਡ ਕੇ ਡੈਡੀ ਤਾਂ ਮੈਲ ਦੀਆਂ ਗੱਲਾਂ ਕਰੀ ਜਾਂਦੇ ਨੇ। ਮੈਨੂੰ ਨਹੀਂ ਲੱਗਦਾ ਇੱਥੇ ਬਿੱਲੇ ਵੀਰੇ ਦੀ ਗੱਲ ਬਣੇਗੀ, ਬਾਕੀ ਹੁਣ ਉੱਪਰ ਵਾਲੇ ਦੀ ਮਰਜ਼ੀ। ਚੰਗੇ ਵਿਚਾਰ ਤੇ ਉੱਚੇ ਸੰਸਕਾਰ ਹਮੇਸ਼ਾ ਇਨਸਾਨ ਦਾ ਗਹਿਣਾ ਹੁੰਦੇ ਨੇ, ਬਾਕੀ ਤਾਂ ਸਭ। ਬਾਕੀ ਗਹਿਣੇ ਤਾਂ ਜੀ ਲੜਕੀ ਦਾ ਸ਼ਿੰਗਾਰ ਹੁੰਦੇ ਨੇ, ਗਹਿਣੇ ਤੋਂ ਬਿਨਾਂ ਤਾਂ ਇੰਜ ਹੈ ਲੜਕੀ ਜਿਵੇਂ ਤੜਕੇ ਤੋਂ ਬਿਨਾਂ ਸਾਗ। ਵੈਸੇ ਤਾਂ ਇਹ ਸਭ ਹੈ ਦਿਖਾਵਾ, ਪਰ ਤੁਹਾਨੂੰ ਪਤਾ ਹੈ ਲੋਕਾਚਾਰੀ ਲਈ ਕਰਨਾ ਹੀ ਪੈਂਦਾ ਹੈ। ਮੈਂ ਤਾਂ ਦਹੇਜ ਦੇ ਸਖ਼ਤ ਖਿਲਾਫ਼ ਹਾਂ, ਪਰ ਕੀ ਕਰੀਏ ਸਮਾਜ ਹੈ। ਜੇ ਦਹੇਜ ਨਾ ਲਈਏ ਤਾਂ ਲੋਕੀ ਕਹਿੰਦੇ ਮੁੰਡੇ 'ਚ ਜ਼ਰੂਰ ਕੋਈ ਨੁਕਸ ਹੋਣਾ ਹੈ, ਪਰ ਲੇਕਿਨ ਸਮਾਜ ਦੇ ਵਿੱਚ ਰਹਿਣਾ ਹੈ ਤਾਂ ਸਮਾਜ ਨੂੰ ਵੀ ਕੋਈ ਦਿਖਾਉਣਾ ਪਏਗਾ। ਮੈਂ ਇਹ ਚਾਹੁੰਦਾ ਹਾਂ ਮੇਰੇ ਲੜਕੇ ਦਾ ਵਿਆਹ ਇਸ ਤਰ੍ਹਾਂ ਦਾ ਹੋਵੇ ਕਿ ਧਨ ਧਨ ਹੋ ਜਾਏ, ਲੋਕੀ ਅਸ਼ ਅਸ਼ ਕਰ ਉੱਠਣ, ਲੋਕੀ ਦੇਖ ਕੇ ਯਾਦ ਰੱਖਣ ਕਿ ਹਾਂ ਕੋਈ ਵਿਆਹ ਹੋਇਆ ਸੀ। ਪਰ ਦਾਜ ਮੰਗ ਕੇ ਲੈਣਾ ਤਾਂ ਐਵੇਂ ਹੈ ਜਿਵੇਂ ਪਰਾਇਆ ਹੱਕ ਮਾਰਨਾ ਹੋਵੇ। ਸਤਿਗੁਰੂ ਜੀ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਹ ਸੂਰਸ ਗਾਏ, ਗੁਰਪੀਰ ਆਮਾ ਤਾ ਭਰੇ ਜਾ ਮੁਰਦਾਰ ਨਾ ਖਾਏ। ਤੁਸੀਂ ਗੱਲਾਂ ਕਰਦੇ ਹੋ ਦਾਜ ਲੈਣਾ, ਦਾਜ ਜਿੱਥੇ ਸਾਡੇ ਸਮਾਜ ਵਿੱਚ ਬਹੁਤ ਵੱਡਾ ਕਲੰਕ ਹੈ ਉੱਥੇ ਲੜਕੀ ਦੇ ਵਿੱਚ ਹੀਣ ਭਾਵਨਾ ਪੈਦਾ ਕਰਦਾ ਹੈ ਕਿ ਮੈਂ ਲੜਕੀ ਹਾਂ, ਮੇਰੇ ਮਾਂ ਪਿਓ ਨੂੰ ਜਦੋਂ ਮੈਨੂੰ ਵਿਆਹਣਾ ਪਏਗਾ ਉਦੋਂ ਦਾਜ ਦਹੇਜ ਇਕੱਠਾ ਕਰਨਾ ਪਏਗਾ। ਅਤੇ ਦੱਸੋ ਐਡੀ ਹੀਣ ਭਾਵਨਾ ਬੱਚੇ ਦੇ ਵਿੱਚ ਪੈਦਾ ਹੋ ਜਾਂਦੀ ਹੈ ਕਿ ਮੈਂ ਆਪਣੇ ਮਾਪਿਆਂ ਦੇ ਉੱਤੇ ਬੋਝ ਹੈਗੀ ਹਾਂ। ਮੈਂ ਕਹਿੰਦਾ ਜੇ ਦਾਜ ਲੈਣਾ ਬੰਦ ਹੋ ਜਾਵੇ ਨਾ ਤਾਂ ਦੇਣਾ ਆਪੇ ਆਪ ਬੰਦ ਹੋ ਜਾਏਗਾ। ਕਿੰਨਾ ਚੰਗਾ ਹੋਵੇ ਆਪਾਂ ਇੱਥੇ ਲੈਣ ਦੇਣ ਦੀ ਗੱਲ ਛੱਡ ਕੇ ਅਤੇ ਗੁਣਾਂ ਦੀ ਵਿਚਾਰ ਦੀ ਗੱਲ ਕਰੀਏ ਤਾਂ ਕਿ ਬੱਚਿਆਂ ਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਹੈਗੀ ਏ ਉਹ ਸੁਖੀ ਬਤੀਤ ਹੋਵੇ। ਗੱਲ ਸਮਝੇ ਭਾਟੀਆ ਸਾਹਿਬ ਕੇ ਨਹੀਂ ਹੋ? ਤੁਹਾਡਾ ਕੀ ਮਤਲਬ, ਅਸੀਂ ਲਾਲਚੀ ਲੱਗਦੇ ਹਾਂ? ਉਹ ਕੀ ਗੱਲ ਹੋ ਗਈ ਤੈਨੂੰ? ਕਿਹਾ ਗੱਲ ਕਰ, ਗੱਲ ਕਿਉਂ ਨਹੀਂ ਕਰਦੀ? ਇੰਨੀ ਦੇਰ 'ਚ ਤਾਂ ਉਹ ਪੈਦਲ ਵੀ ਪਹੁੰਚ ਜਾਂਦਾ। ਮੈਂ ਆਪਦੇ ਮੋਬਾਈਲ ਤੋਂ ਮਿਲਾਉਣਾ, ਪਤਾ ਨਹੀਂ ਕੀ ਮਜ਼ਾਕ ਬਣਾਇਆ ਇਸਨੇ। ਉਹ ਬਿੱਲਿਆ ਕਿੱਥੇ ਰਹਿ ਗਿਆ? ਹਾਂਜੀ ਡੈਡੀ ਜੀ, ਮੈਂ ਹੁਣੇ ਘਰ ਆਇਆ ਜੀ। ਇਹ ਪਾਗਲ ਨੇ ਜਿਹੜੇ ਘੰਟੇ ਤੇ ਆਏ ਬੈਠੇ ਆ। ਉਹ ਡੈਡੀ ਜੀ ਸਾਹ ਤਾਂ ਲੈ ਲਓ, ਤੁਸੀਂ ਉਹਨਾਂ ਨੂੰ 5 ਮਿੰਟ ਰੋਕ ਕੇ ਰੱਖੋ, ਮੈਂ 10 ਮਿੰਟ 'ਚ ਆਇਆ। ਜਰਾ ਜਲਦੀ ਘਰੇ ਪਹੁੰਚ। ਉਹ ਯਾਰ ਡੈਡੀ ਤਾਂ ਵਾਰ ਵਾਰ ਤੰਗ ਹੀ ਕਰੀ ਜਾਂਦੇ ਨੇ, ਸਾਹ ਨਹੀਂ ਲੈਣ ਦਿੰਦੇ। ਬਲਵਿੰਦਰਾ ਕੀ ਗੱਲ, ਕਾਹਲੀ ਕਾਹਲੀ ਭੱਜਾ ਜਾਂਦਾ? ਉਹ ਨਹੀਂ ਯਾਰ ਗੁਰਸੇਵਕ, ਘਰ ਕੁੜੀ ਵਾਲੇ ਮੇਰੇ ਰਿਸ਼ਤੇ ਦੀ ਗੱਲ ਕਰਨ ਆਏ ਹੋਏ ਨੇ, ਇਸ ਲਈ ਤਾਂ ਘਰੋਂ ਵਾਰ ਵਾਰ ਫੋਨ ਆ ਰਹੇ ਨੇ। ਉਹ ਤੂੰ ਕਿੰਨੇ ਵਿਆਹ ਕਰਵਾਉਣੇ ਨੇ ਯਾਰ, ਹਰ ਦੂਜੇ ਦਿਨ ਕੁੜੀ ਵੇਖਣ ਭੱਜਾ ਰਹਿਣਾ। ਹੈਂ ਕਿੰਨੇ ਵਿਆਹ? ਉਹ ਯਾਰ ਇੱਥੇ ਇੱਕ ਵਿਆਹ ਨੂੰ ਤਰਸੀ ਜਾਂਦੇ ਨੇ ਤੇ ਤੂੰ ਕਿੰਨੇ ਵਿਆਹ ਦੀ ਗੱਲ ਕਰੀ ਜਾਂਦਾ? ਮੈਂ 15 ਤੋਂ ਵੱਧ ਕੁੜੀਆਂ ਦੇਖ ਚੁੱਕਾ ਤੇ ਡੈਡੀ ਜੀ ਹਰ ਵੇਲੇ ਕੋਈ ਨਾ ਕੋਈ ਢੁੱਚੜ ਡਾ ਹੀ ਦਿੰਦੇ ਨੇ। ਉਹ ਯਾਰ ਤੂੰ ਵਿਆਹ ਕਰਾਉਣਾ ਜਾਂ ਸਵੰਬਰ ਜਿਹੜੀਆਂ ਇੰਨੀਆਂ ਕੁੜੀਆਂ ਦੇਖੀ ਜਾਂਦਾ? ਯਾਰ ਮੇਰੇ ਵਿਆਹ ਤੋਂ ਪਹਿਲਾਂ ਦਾ ਤੂੰ ਕੁੜੀਆਂ ਵੇਖਣ ਲੱਗਾ ਹੋਇਆ ਹੈ? ਮੇਰਾ ਤਾਂ ਕਾਕਾ ਵੀ 1 ਸਾਲ ਤੋਂ ਉੱਪਰ ਹੋ ਗਿਆ ਤੇ ਤੇਰਾ ਹਜੇ ਵਿਆਹ ਨਹੀਂ ਹੋਇਆ। ਉਹ ਨਹੀਂ ਯਾਰ ਗੁਰਸੇਵਕ,
तू साडे डैडी जी नू जानदा नहीं, ओ ता मेरे विआह दी पूरी तैयारी करी बैठे ने, पूरा हिसाब तब ला के बैठे ने कि विआह किवें करना है, किदा करना है, कुड़ी वालियां को किन्ने को पैसे खर्चाने ने। है यार तू दाज लेके विआह करेगा, बड़ी शर्म दी गल है यार। तू कहिंदा ता अपने आप नू गुरु दा सिख है, पर दाज वर्गी लाणन तो हजे तक नहीं बचिया। छड यार, बड़ी घटिया गल करती तू। नहीं नहीं, तू मैनू गलत समझ रहे है, मेनू कोई दाज की लोड़ नहीं, बस एक चंगी जी कुड़ी मिल जाए, होर मेनू की चाहिए। पर डैडी जी हर वेले कोई ना कोई पंगा खड़ा ही कर देंदे ने। तू चाहना कुड़ी भी चंगी मिल जाए, ते तेरे डैडी चाहते ने दाज भी चंगा मिल जाए, यानी के दोवें हत्थां च लड्डू। मेरी एक गल दा ध्यान रखी, एहो जे मौके ही हुंदे आ गुरु हुक्म कमाउण दे। तुसी तां गुरु नूं मन्नण वाले हो, मुद्दे की गल तां इह है गुरबाणी जिन्नी मर्जी पढ़ो मुबारक, पर जेकर असी इन्हां मौकियां ते ही कुताही जां ढिल वरत दित्ती तां समझ लई कि बाणी तोता रटन तों वध कुछ भी नहीं है। समाज विच बदलाव तां ही आएगा जे असी समझ गए कि इस दी शुरुआत साडे तों होए। चलो चंगा फिर मिलदे हां। मिलदे हां जी फिर। चंगा जी। ओहो, डाले शाले बना के आ गए। जिम च चाहिदा जी। सत श्री अकाल जी। सत श्री अकाल जी। सत श्री अकाल काके। सत श्री अकाल। ओ कट्टो कट, कपड़े तो पूरे पा के निकलिया कर। ओ मामा जी जिम गया सी कसरत करने लई। अच्छा, बॉडी बिल्डर बन गया हुण तू। चल आ ही गया हुण, तुसी एवें चिंता करी जांदे सी। लखां विचों इक है मेरा बलविंदर। ओ काका, जिम्मेवारी तो कम लिया कर, जे दस के चला जांदा मैं केड़ा मना करना सी। किथे है मामा जी, किथे है, किथे है? ओ कमलिया इथे थोड़ा ना आएगी, नाल थोड़ा ना लेके आंदे कुड़ी वाले। अच्छा अच्छा अच्छा, फोटो दिखा देंगे, देख लई। अच्छा बेटा जी, कारोबार कादा कर दे हो जी? प्रॉपर्टी दा काम है, अजकल तो तुहानू पता ही है कि डाउनफील्ड चल रही है। आमदनी किन्नी को हो जांदी है? आमदन तो यह है जी, भुखे मरते नहीं ते अगे वधदे ने। की मतलब? मेरा मतलब है कम काज तो ठीक है, मंदा तेजी तो आउंदी रहिंदी है। जनाब प्रॉपर्टी का कारोबार है, साडे को पुरखां दी दित्ती बहुत जायदाद है, हौली हौली बेच के गुजारा करी जाने। फिर भी कारोबार तो करना पैंदा है, बूंद बूंद करके तो समुंदर भी खाली हो जाते ने। नाले वेला मन तो शैतान का घर हुंदा है। तुहाडा की मतलब बिल्ला शैतान है? नहीं नहीं, मेरा मतलब ये थोड़ा ना, ये तो तुसी आप ही कह रहे हो। तुसी भी वीर जी हो, पूछ लो जे कुछ पूछना है ते। बिल्ला, ओ मेरा मतलब बलविंदर कितने तक पढ़े है? जी 10+2। पढ़ाई लिखाई तो ये बेचारे का हाथ कमजोर ही है, लड़के जो तो बिजनेस च पै जाते ना तो वह पढ़ाई विच ही छड़ जाते ने। इस मुकाबले लड़कियां जिहड़ियां हैगियां ने वह पढ़ जांदियां ने। तुसी समझ ही गए हो बाकी गल तां। भावें बिजनेस जिन्ना मर्जी वधिया होवे, पर पढ़ाई लिखाई हर खेत्र विच कम आंदी है। चलो हुण तां पढ़ाई लिखाई हुण हो रही, अगे दसो हुण करना की है। देखो वीर जी, साडी लड़की तां पोस्ट ग्रेजुएट है, ते लड़का थोड़ा नहीं बहुत ही फर्क है, तुसी आप ही सोचो किवें निभेगी। मामा जी हुण तुसी कोई मंत्र फूको, इत्थे तां ना ही हुंदी पई लगदी है। लड़की तां देख के पता लगेगा किद्दां दी है। कोई गल नहीं, कल ही थोड़ी ना हैगी है, इना बच्चियां दी जिंदगी दा सवाल है, तुसी घर अपने परिवार नाल बह के विचार वटांदरा करके उस तो बाद दस देना। ओ वीरे, मामा जी दे प्यो दा की जांदा है? कुआरा तो मेरा भरा ही बैठा ना, एवें उन्हां नूं अपने नंबर बनाउंदी पई हुई है। ओ यार डैडी जी ठीक ही कहंदे ने, साडे नाड़के तां लारियां दे विच साधा संतां नूं वी पिछे छड्ड दिंदे ने, अके काली नहीं करनी चाहीदी। अच्छा जी, सानू हुण इजाजत बख्शो, जे वाहेगुरु ने सबब बख्शा ते फिर जरूर मिलांगे। चाह पानी तो पी जांदे जी, बड़ी खुशी होनी सी, चाह बनन नूं केड़ा टाइम लगना, 10 मिनट तो लगने हैं सिर्फ।
प्याज पा यार। हेलो वीरे, मैं सतिंदर बोल रही हां। सत श्री अकाल भैन। की गल हो गई? तू तो भैन नु भूल ही गया। मैं क्यों भूलना? आपा केड़ा रखड़ी वाले भैन भरावा जेड़ा साल बाद रिश्ता रिन्यू कराना रखड़ी बना के। चल छड़ हुण, तू तो शुरू ही हो जाना। तेनू एक काम कहा सी, ओ तो तेरे कोल होया नहीं, ते गल्ला जिन्नियां मर्जी करवा लो। है केड़ा काम? बिल्ले दे व्याह वास्ते कोई रिश्ता लब्बे के नहीं? भूल गए? ए काम मेरे वास्ते बाहर दा है। जीजा जी नु जेड़ी कुड़ी चाहिदी है ना, ओ रब नु आर्डर दे के बनानी पैनी है। पता नहीं की भाल दे ने। तू इन्हां दी गल्लां दा गुस्सा ना कर, तू कुड़ी लब, मैं आपे इन्हां नु समझा लांगी। बिल्ले दी अग्गे उम्र लंघी जांदी है, मेरा ही ख्याल कर ले। मैनू तां बिल्ले दे व्याह दी चिंता ही दिन रात खाई जांदी है। लियाओ छड्डो मम्मी जी, लियाओ मेरे नाल गल कराओ मामा जी दी। हाँ जी सत श्री अकाल मामा जी। मामा जी तुहानू मेरी सौं, तुसी मेरे व्याह लई पूरा जोर ला दिओ। डैडी जी नू मैं आपे समझा लवांगा। काके जद तक तेरे प्यो दियां फरमाइशां इस तरह रहणगियां ना, ते मेरे हाथ खड़े ने। ते तू वी गूंगा है जिहड़ा सारा कुछ होण दे बावजूद भी जबान नू ताला ला के रखी बैठा है। काके दाज दहेज नाल सारी उम्र गुजारा नहीं हुंदा। नाले जिन्हू अपनी कमाई तो संतुष्टि नहीं ना हैगी, वो किसे दित्ते की खुश होएगा। नाले एक गल दा ध्यान रखी, जेकर कोई कुड़ी वाले दरेल निकल आए ना, तो तेरे प्यो दे नाल नाल तेनू भी जेल अंदर भेज देंगे। जमानता तक नहीं होनी। अजकल जेडे कानून ने बड़े सख्त है ने। ओ मामा जी तुसी एवें डराई जांदे हो, इत्थे यार घोड़ी चढ़न दियां तैयारियां करी बैठे ने, ते तुसी जेल भिजवाउण दियां। तुसी केड़ा शकनी मामे तो घट हो। हैलो मम्मी, मामा जी तो मेरे तोते उड़ा दिते ने। मैनू विआह ते कुछ भी नहीं चाहिदा, बस एक सोहनी जी कुड़ी होवे जिहदे नाल मैं विआह करवाउणा। क्यों फिक्र करदा है, लभ जाएगी तेरे लई कोई सोहनी कुड़ी। तेरे विच कोई कमी थोड़ी है, चन वर्गा पुत है मेरा। दीदी मैं तो तंग आ गई हूं रोज रोज दी एग्जीबिशन तो। आजकल दे लड़के वाले पता नहीं अपने आप नु की समझदे ने। बिल्कुल ठीक है सिमरन, ए लड़के वालियां दा वास चले ना, ता स्वंबर ही रचा लैन। जेड़ी लड़की उहनां नु पसंद आए ओ सिलेक्ट कर लैन, दूजियां नु रिजेक्ट कर देन। हर रोज तैयार होके लड़के वालियां नु मुंह दिखाओ, उहनां दे थर्ड क्लास सवालां दे जवाब देओ, उहनां नु डेली रूटीन बारे दसो, स्टडीज बारे दसो, ते फिर बैठ के उहनां दी बोरिंग गल्लां नु सुनो। ओहो बस कर, असीं लेट हो रहे हां। पापा मम्मा वेट ही करदे होणगे, ऐ ना होए लड़के वाले पहले पहुंच के होण। नाले तू टेंशन ना ले, आपा समझौता था बिल्कुल नहीं करना। पता नहीं कदों चेंज आएगा। हेलो मम्मी समान। बड़ी देर लगाई, किथे रह गए सी तुसी? मम्मा इन्ना समान लेना सी। की लेके आए बेटा? आ देखो समोसे। अच्छा अच्छा जी, समोसे गरम ले आए ना? हाँ जी हाँ जी, पूरे समोसे गरम है। अच्छा जी अच्छा, ठीक है। गरम तो नहीं करने पैने? नहीं नहीं बिल्कुल नहीं। फिर ये पहना नहीं आया बेटा? मैं हुने फोन करके पूछदा जी। अच्छा फोन करो, बहुत देर हो रही है। हेलो। हाँ वीरे बस आ गए, आ रहे हैं, पहुंच गए। हाँ जी दीदी, मेनू तो इंज लगता है मैं पापा ते बोझ बन के रह गई हां, ते ए बोझ उतारन लई पापा किसे भी हद तक जा सकदे ने। बेटा तुसी किथे चले गए सी? बस मम्मा आ गए, देर लग गई। बहुत देर लगा दी थी बेटे, तुहानू नहीं पता थे लड़के वाले आ रहे ने? नहीं बस मैं बस हुने सब कुछ करन नाल करवा दे। देखो ना इतना काम दे, बस हुने हो जाएगा। अच्छा बेटा हुन तुसी मेरे नाल हाथ बंडाओ। हां जी हां जी हां जी, सब कुछ हुने हो जाएगा। हां सिमरन तू सुन ले, बेटे तू जाके फटाफट तैयार हो, लड़के वाले दे आन दा टाइम हो गया है। तू उहनां दे नाल मीठा बोलना है, घट बोलना है, जिन्ना ओह गल करन उन्ना ही जवाब देना है बेटा, ठीक है? मिठा हुन के मिश्री खा के बोला, जिद्दा घर बोलदी हां ओवें ही बोलांगी। नहीं बेटा मैनू तो पता ही है तू किवें बोलदी है घर विच,
ताई ते मैं कह रही हूं तू मिठा बोली। मम्मी मेरे को एक्टिंग बिल्कुल नहीं आंदी। नहीं बेटा तेरी जिंदगी दा सवाल है। मैं जिद्दा हां उद्दा ही रहना है। भावे रिश्ता होवे भावे ना होवे मैं चीटिंग नहीं कर सकती। आखिरकार जिस नाल मैं सारी जिंदगी बितानी है उस दे नाल किसी तरह दा धोखा क्यों। बिल्कुल ठीक है मम्मा तुसी रहन दियो। जेडे रिश्ते दी पहले तो ही झूठ दे सहारा रखी होएगी ओदा बाद च की हाल होएगा। आजकल तलाक वर्गा शब्द ता आम हुंदा जा रहा है। मैं ता बहुत डर लगदा है एवें आजकल दे नौजवान लड़के लड़कियां सारे ओदी लपेट विच आ रहे हन। साडे कल्चर विच ता तलाक दी कोई जगह नहीं। साडे रिश्ते दा प्यार मिठास और सच्चाई ते बने होए होने चाहिदे हन। चलो बेटा ए गल ता ठीक है पर मैं एक बेटी दी मां हां। जेकर मेरी बेटी दा रिश्ता किसी वजह कारण नहीं हुंदा जा लेट हुंदा है असी तो सबर दा कुट भर लईए पर सानू समाज नहीं जीन दिंदा। इस करके मैं तेरे ब्याह लई फिक्रमंद हां। मम्मा मैं जीवन साथी चुनना है मेरे तो धोखा नहीं हुंदा। एदे विच हमेशा नाले मुंडे वालियां दी हां ही क्यों देखी जांदी है। कुड़ी वालियां दी पसंद नापसंद भी तो कुछ इंपोर्टेंस रखदी है कि नहीं। तेरे नाल कौन मत्था लावे आखिर तू समझदी क्यों नहीं है। जल्दी जाके तैयार हो लड़के वाले ते आन दा टाइम हो गया। फिर तो नहीं बेटा नहीं तू चली जा तैयार हो बेटा। चलो मम्मा तुसी फिकर ना करया करो कोई गल नहीं। ओ तेरी दी ओ मार सुटिया ओए ओए ओहो मारता मारता ओए होए 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 बस कराती मर के होगी। वाहिगुरु जी का खालसा वाहिगुरु जी की फतह। सत श्री अकाल जी। आओ जी आओ जी आए ना अस सारे बड़ी बेसब्री ने तुम्हारा इंतजार कर रहे सी। ओ मालको घंटी ता ठीक करा लो किते ये ना होवे किसे दिन घंटी बजाउण वाले दी खुद ही घंटी बज जावे। चलो शुक्र है आज ता बचा हो गया महाराज ने बचा लिया। माफ करना सरदार साहब रात बरसात बहुत हुई है शायद शॉर्ट सर्किट हो गया हो। मामा जी कुड़ी नजर नहीं आ रही किधरे। काका ठंड रख ठंड कुड़ी वेखण आए आ कोई कुड़ी भजाउण नहीं आए। ਜਿਹੜਾ ਵੇਖਦੇ ਕੁੜੀ ਨੂੰ ਗੱਡੀ 'ਚ ਭਾਈਏ ਤੇ ਲੈ ਜਾਈਏ ਐਵੇਂ ਨਹੀਂ ਬੋਲੀਦਾ। ਚਲੋ ਜਿਸ ਕੰਮ ਲਈ ਆਏ ਆ ਉਸ ਲਈ ਤਾਂ ਗੱਲ ਅੱਗੇ ਤੋਰੀਏ। ਇਹ ਹਨ ਭਾਟੀਆ ਸਾਹਿਬ ਇਹ ਉਹਨਾਂ ਦਾ ਹੋਣਹਾਰ ਕਾਕਾ ਬਲਵਿੰਦਰ ਸਿੰਘ ਜਿਨ੍ਹਾਂ ਬਾਰੇ ਮੈਂ ਫੋਨ 'ਤੇ ਤੁਹਾਨੂੰ ਸਾਰਾ ਕੁਝ ਦੱਸ ਚੁੱਕਾ ਜੀ। ਭੈਣ ਜੀ ਇਹ ਘਰ ਤੁਹਾਡਾ ਆਪਣਾ ਹੀ ਹੈ ਮਤਲਬ ਤੁਸੀਂ ਇੱਥੇ ਕਿੰਨੀ ਚਿਰ ਤੋਂ ਰਹਿ ਰਹੇ ਹੋ। ਅਸੀਂ ਤਕਰੀਬਨ 10 ਸਾਲ ਤੋਂ ਇੱਥੇ ਰਹਿ ਰਹੇ ਹਾਂ ਬਾਕੀ ਛੱਤ ਮਾਲਕ ਨੇ ਆਪਣੀ ਹੀ ਦਿੱਤੀ ਹੈ। ਸਰਦਾਰ ਸਾਹਿਬ ਕਾਹਦਾ ਕਾਰੋਬਾਰ ਹੈ ਆਪਣਾ। ਕੱਪੜੇ ਦਾ ਕਾਰੋਬਾਰ ਹੈ ਜੀ ਮੈਂ ਤੇ ਕਾਕਾ ਤਨਵੀਰ ਸਿੰਘ ਉੱਤੇ ਇਕੱਠੇ ਹੀ ਕੰਮ ਦੇਖਦੇ ਹਾਂ। ਚੰਗੀ ਆਮਦਨੀ ਹੋ ਜਾਂਦੀ ਹੋਣੀ ਹੈ। ਬਸ ਮਾਲਕ ਦੀ ਮਿਹਰ ਹੈ ਗੁਜ਼ਾਰਾ ਹੋ ਜਾਂਦਾ। ਬੱਚਿਆਂ ਨੂੰ ਵਿੱਦਿਆ ਦੇ ਨਾਲ ਨਾਲ ਚੰਗੇ ਸੰਸਕਾਰ ਦਿੱਤੇ ਨੇ ਤੇ ਅੱਜ ਬੱਚੇ ਆਪਣੇ ਪੈਰਾਂ ਤੇ ਖੜੇ ਨੇ। ਵੱਡੀ ਲੜਕੀ ਅੱਛੇ ਘਰ ਵਿੱਚ ਵਿਆਹੀ ਆ ਤੇ ਅੱਗੇ ਨੇਕ ਪਰਿਵਾਰ ਦੇਖ ਰਹੇ ਆ। ਛੋਟੀ ਦਾ ਵੀ ਵਿਆਹ ਹੋ ਜਾਵੇ ਤੇ ਇਹ ਵੀ ਖੁਸ਼ ਰਵੇ। ਲੋ ਬੱਚੇ ਵੀ ਆ ਗਏ। ਕੀ ਨਾਮ ਹੈ ਤੁਹਾਡਾ ਜੀ? ਸਿਮਰਨਪ੍ਰੀਤ ਕੌਰ। ਵਾਹ ਵਾਹ ਬੜਾ ਵਧੀਆ ਨਾਮ ਹੈ। ਥੈਂਕ ਯੂ ਜੀ। ਕਿੱਥੋਂ ਤੱਕ ਪੜ੍ਹੇ ਹੋ? ਜੀ ਮੈਂ ਬੀਕੌਮ ਕੀਤੀ ਹੈ ਤੇ ਉਸ ਤੋਂ ਬਾਅਦ ਕੰਪਿਊਟਰ ਦਾ ਕੋਰਸ ਕੀਤਾ ਹੈ। ਤੇ ਅੱਜ ਕੱਲ ਕੀ ਕਰ ਰਹੇ ਹੋ? ਜੀ ਮੈਂ ਮਲਟੀਨੈਸ਼ਨਲ ਕੰਪਨੀ ਵਿੱਚ ਆਫਿਸ ਵਰਕ ਕਰਦੀ ਹਾਂ। ਠੀਕ ਹੈ। ਤੇ ਕਿਚਨ ਦਾ ਕੰਮ ਵੀ ਕਰ ਲੈਂਦੇ ਹੋ? ਹਾਂਜੀ ਇਹ ਤੇ ਬਹੁਤ ਹੀ ਮਹਾਰੇ ਕਿਚਨ ਦੇ ਕੰਮ ਵਿੱਚ ਹੈ ਤੇ ਬਹੁਤ ਹੀ ਅੱਛੀ ਅੱਛੀ ਚੀਜ਼ਾਂ ਬਣਾਉਂਦੀ ਹੈ ਖਾਣ ਵਾਲੀਆਂ। ਬਹੁਤ ਵਧੀਆ ਨਹੀਂ ਤਾਂ ਅੱਜ ਕੱਲ ਦੀ ਕੁੜੀਆਂ ਤਾਂ ਕਿਚਨ 'ਚ ਜਾਣਾ ਹੀ ਨਹੀਂ ਪਸੰਦ ਕਰਦੀਆਂ। ਫਿਰ ਤਾਂ ਨਵੇਂ ਨਵੇਂ ਪਕਵਾਨ ਹੀ ਖਾਣ ਨੂੰ ਮਿਲਣਗੇ। ਮੂੰਹ ਟੱਟ ਕੇ ਬੈਠੇ ਰਹੋ ਆਪਣਾ। ਜੀ ਤੁਹਾਡਾ ਪਿੱਛਾ ਕਿੱਥੋਂ ਦਾ ਹੈ? ਮੇਰਾ ਮਤਲਬ ਤੁਹਾਡੀ ਜਾਤ ਬਰਾਦਰੀ ਕੀ ਹੈ? ਫਿਰ ਉਹੀ ਗੱਲ, ਅਸੀਂ ਸੋਢੀ ਹੁੰਦੇ ਆ। ਫਿਰ ਤਾਂ ਤੁਸੀਂ ਸਾਡੀ ਜਾਤ ਬਰਾਦਰੀ ਦੇ ਨਿਕਲੇ ਜੀ। ਸ਼ੁਕਰ ਹੈ 50% ਤਾਂ ਹਾਂ ਹੋਈ। ਚਲੋ ਸ਼ੁਕਰ ਹੈ ਮਹਾਰਾਜ ਤੁਹਾਡੀ ਵੀ ਕਿਤੇ ਹਾਂ ਹੋਈ, ਨਹੀਂ ਤਾਂ ਤੁਸੀਂ ਹਰ ਵਾਰੀ ਕੋਈ ਨਵੀਂ ਤੋਂ ਨਵੀਂ ਢੁੱਚਰ ਡਾ ਕੇ ਬਹਿ ਜਾਂਦੇ ਹੋ। ਸਾਡੇ ਵੱਲੋਂ ਤਾਂ ਹਾਂ, ਬਾਕੀ ਸਾਡੇ ਬਾਰੇ ਜੇ ਕੁਛ ਪਤਾ ਕਰਨਾ ਹੈ ਤਾਂ ਪਤਾ ਕਰ ਸਕਦੇ ਹੋ।
ਜ਼ਰੂਰੀ ਗੱਲਾਂ ਆਪਾਂ ਬੈਠ ਕੇ ਕਰ ਲੈਂਦੇ ਹਾਂ ਫਿਰ। ਤੁਹਾਡੇ ਬਾਰੇ ਸਾਨੂੰ ਚਾਕਰ ਸਾਹਿਬ ਨੇ ਦੱਸ ਹੀ ਦਿੱਤਾ ਸੀ, ਬਾਕੀ ਅਸੀਂ ਘਰ ਸਲਾਹ ਕਰਕੇ ਅਸੀਂ ਬੱਚੀ ਨੂੰ ਵੀ ਪੁੱਛਣਾ, ਜਿਵੇਂ ਵੀ ਸਲਾਹ ਹੋਈ ਅਸੀਂ ਤੁਹਾਨੂੰ ਦੱਸ ਦਿਆਂਗੇ। ਸਿਮਰਨ ਬੇਟਾ ਤੁਸੀਂ ਅੰਦਰ ਜਾਓ। ਪਾਟੀਆ ਸਾਹਿਬ ਤੁਹਾਡੀ ਕੋਈ ਹੋਰ ਖਾਸ ਡਿਮਾਂਡ? ਦੇਖੋ ਜੀ, ਅਸੀਂ ਤਾਂ ਇਹੀ ਚਾਹੁੰਦੇ ਹਾਂ ਬਈ ਵਿਆਹ ਵਧੀਆ ਪੈਲੇਸ 'ਚ ਹੋ ਜਾਵੇ, ਬਰਾਤ ਦੀ ਸੇਵਾ ਵਧੀਆ ਹੋ ਜਾਵੇ, ਸਾਡੇ ਰਿਸ਼ਤੇਦਾਰ ਖੁਸ਼ ਹੋ ਜਾਣ। ਹੋਰ ਸਾਡੀ ਕੋਈ ਡਿਮਾਂਡ ਨਹੀਂ, ਕੋਈ ਰਿਕੁਆਇਰਮੈਂਟ ਨਹੀਂ। ਬਸ ਇੱਕ ਵੱਡੀ ਜਿਹੀ ਚੀਜ਼, ਤੁਸੀਂ ਮੇਰੀ ਗੱਲ ਸਮਝ ਗਏ ਨਾ, ਇੱਕ ਬਸ ਉਸ ਚੀਜ਼ ਦਾ ਖਾਸ ਧਿਆਨ ਰੱਖਿਓ, ਉਹ ਬਸ ਜ਼ਰੂਰ ਕਰ ਦਿਓ ਮੈਨੂੰ, ਹੋਰ ਸਾਨੂੰ ਕੁਝ ਨਹੀਂ ਚਾਹੀਦਾ ਜੀ। ਹਰੇਕ ਮਾਂ ਪਿਓ ਆਪਣੀ ਕੁੜੀ ਨੂੰ ਗਹਿਣਾ ਲੱਤਾ ਤਾਂ ਪਾ ਕੇ ਹੀ ਤੋਰਦਾ ਹੈ, ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਹੋਰ ਤੁਸੀਂ ਕੋਈ ਚਿੰਤਾ ਨਾ ਕਰੋ ਜੀ, ਹਰੇਕ ਫੰਕਸ਼ਨ ਤੋਂ ਪਹਿਲਾਂ ਆਪਾਂ ਕਿੱਦਾਂ ਕਰਨਾ, ਕਿਵੇਂ ਕਰਨਾ, ਕਿੱਥੇ ਕਰਨਾ, ਉਹ ਤੁਹਾਨੂੰ ਚਾਕਰ ਸਾਹਿਬ ਮੈਸੇਜ ਦੇ ਦਿਆ ਕਰਨਗੇ। ਹੈ, ਹਰੇਕ ਫੰਕਸ਼ਨ ਤੋਂ ਪਹਿਲਾਂ? ਕੀ ਮਤਲਬ, ਮੈਂ ਸਮਝਿਆ ਨਹੀਂ। ਉਹ ਜਿਹੜੇ ਤਿੰਨ ਚਾਰ ਫੰਕਸ਼ਨ ਕਰਨੇ ਆ, ਰੋਕਾ, ਰਿੰਗ ਸੈਰੇਮਨੀ, ਕੋਕਟੇਲ ਪਾਰਟੀ, ਯੰਗਸਟਰ ਪਾਰਟੀ, ਉਹ ਜਿਹੜਾ ਅਸੀਂ ਕਰਨਾ ਤੁਹਾਨੂੰ ਪਤਾ ਹੀ ਹੈ, ਜਿਹੜੇ ਅੱਜ ਕੱਲ੍ਹ ਪੰਜ ਚਾਰ ਚੱਲਦੇ ਆ, ਕੋਈ ਜ਼ਿਆਦਾ ਥੋੜ੍ਹੇ ਆ। ਉਹ ਯਾਰ, ਸਮਾਜ 'ਚ ਸਾਡੀ ਵੀ ਕੋਈ ਇੱਜ਼ਤ ਹੈ, ਸ਼ਗਨ ਪਾ ਪਾ ਕੇ ਦੁਖੀ ਹੋਏ ਪਏ ਆ, ਹੁਣ ਸਾਡੀ ਲੈਣ ਦੀ ਵਾਰੀ ਆਈ ਹੈ, ਪਿੱਛੇ ਕਿਉਂ ਹਟੀਏ? ਇਹ ਸਾਰੇ ਫੰਕਸ਼ਨ ਕਰਨੇ ਜ਼ਰੂਰੀ ਨੇ? ਦੇਖੋ ਜੀ, ਸਾਡੇ ਘਰ ਪਹਿਲਾਂ ਪਹਿਲਾਂ ਵਿਆਹ ਹੈ, ਸਾਡੇ ਦਿਲ 'ਚ ਬੜੇ ਅਰਮਾਨ ਨੇ, ਬੜੇ ਚਾਅ ਨੇ, ਅਸੀਂ ਤਾਂ ਸਾਰੇ ਪੂਰੇ ਕਰਨੇ ਆ, ਸਾਰੀਆਂ ਰੀਝਾਂ ਲਾਉਣੀਆਂ ਨੇ। ਕੁਝ ਹੋਰ ਵੀ ਰਹਿ ਗਿਆ ਤਾਂ ਦੱਸ ਦਿਓ। ਜਿਵੇਂ ਵਿਚਾਰ ਬਣਿਆ ਤੁਸੀਂ ਦੱਸ ਦੇਣਾ, ਘਰ ਸਲਾਹ ਕਰ ਲੈਣਾ, ਸਾਡੇ ਵੱਲੋਂ ਤਾਂ ਹਾਂ ਹੀ ਹੈ। ਕਿਉਂ ਜੀ, ਠੀਕ ਹੈ ਜੀ? ਹਾਂਜੀ ਮੈਡਮ, ਠੀਕ ਹੈ ਜੀ, ਤੁਹਾਨੂੰ ਸਭ ਓਕੇ ਹੈ ਜੀ? ਠੀਕ ਹੈ ਜੀ, ਅਸੀਂ ਫੈਮਿਲੀ ਮੈਂਬਰ ਸਲਾਹ ਕਰਕੇ ਚਾਕਰ ਸਾਹਿਬ ਨੂੰ ਦੱਸ ਦਿਆਂਗੇ, ਜਿਵੇਂ ਵੀ ਪਰਮਾਤਮਾ ਨੂੰ ਮਨਜ਼ੂਰ ਹੋਇਆ। ਕੋਈ ਗੱਲ ਨਹੀਂ, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ ਤੁਸੀਂ ਦੱਸ ਦੇਣਾ। ਸ਼ੁਕਰ ਹੈ, ਕਿਧਰੇ ਤਾਂ ਗੱਲ ਬਣੀ। ਇਹਨਾਂ ਕੰਮਾਂ 'ਚ ਕਾਹਲੀ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਡੇ ਬੱਚੇ ਬੱਚੀ ਦੀ ਜ਼ਿੰਦਗੀ ਦਾ ਸਵਾਲ ਏ, ਪੂਰੀ ਤਰ੍ਹਾਂ ਸੋਚ ਵਿਚਾਰ ਕੇ ਫਿਰ ਜਵਾਬ ਦੇ ਦੇਣਾ। ਕਿਉਂ ਜੀਜਾ ਜੀ? ਠੀਕ ਹੈ ਜੀ, ਠੀਕ ਹੈ ਜੀ, ਆਪਾਂ ਫਿਰ ਚੱਲੀਏ, ਇਜਾਜ਼ਤ ਹੈ, ਚੱਲੀਏ ਬਿਲੇ ਆਪਾਂ। ਚਲੋ ਜੀ, ਚਲੋ। ਕੀ ਸੋਚਿਆ ਸਰਦਾਰ ਸਾਹਿਬ, ਮੈਨੂੰ ਤੇ ਰਿਸ਼ਤਾ ਬਹੁਤ ਅੱਛਾ ਲੱਗਾ, ਮੈਂ ਤੇ ਕਹਿੰਦੀ ਹਾਂ ਹਾਂ ਕਰ ਦੇਣੀ ਚਾਹੀਦੀ ਹੈ, ਸਾਨੂੰ ਹੋਰ ਦੇਰੀ ਨਹੀਂ ਕਰਨੀ ਚਾਹੀਦੀ। ਦੇਖੋ ਜੀ, ਮੈਂ ਕੁੜੀ ਦਾ ਵਿਆਹ ਕਰਨਾ ਕੋਈ ਸੌਦੇਬਾਜ਼ੀ ਨਹੀਂ, ਤੁਸੀਂ ਸੁਣਿਆ ਨਹੀਂ, ਉਹਨਾਂ ਨੇ ਇੱਕ ਵੱਡੀ ਚੀਜ਼ ਦੀ ਵੀ ਮੰਗ ਕੀਤੀ ਹੈ, ਇੰਨੇ ਫੰਕਸ਼ਨ, ਇੰਨਾ ਖਰਚਾ ਕਿਵੇਂ ਮੈਨੇਜ ਕਰਾਂਗੇ? ਮੈਨੂੰ ਤੇ ਇਹ ਅੱਤ ਦਰਜੇ ਦੇ ਲਾਲਚੀ ਬੰਦੇ ਲੱਗਦੇ ਨੇ। ਇਸ ਤੋਂ ਪਹਿਲਾਂ ਵੀ ਅਸੀਂ ਕਿੰਨੇ ਰਿਸ਼ਤੇ ਦੇਖ ਚੁੱਕੇ ਹਾਂ, ਹਰ ਲੜਕੇ ਵਾਲੇ ਕੋਈ ਨਾ ਕੋਈ ਡਿਮਾਂਡ ਕਰ ਹੀ ਦਿੰਦੇ ਨੇ, ਕਿਤੇ ਤੇ ਸਾਨੂੰ ਮੰਨਣਾ ਹੀ ਪੈਣਾ ਹੈ। ਤੁਸੀਂ ਇਹ ਵੀ ਤਾਂ ਦੇਖੋ ਨਾ, ਸਿਮਰਨ ਦੀ ਉਮਰ ਕਿੰਨੀ ਹੋ ਚੁੱਕੀ ਹੈ, ਅਸੀਂ ਉਹਦੇ ਵਿਆਹ ਬਾਰੇ ਨਹੀਂ ਸੋਚਾਂਗੇ ਤੇ ਹੋਰ ਕੌਣ ਸੋਚੇਗਾ? ਸਿਰਫ ਜੇ ਵਿਆਹ ਚੰਗਾ ਮੰਗਦੇ ਤਾਂ ਮੈਂ ਜ਼ਰੂਰ ਹਾਂ ਕਰ ਦਿੰਦਾ, ਪਰ ਉਹ ਤੇ ਦੇਖੋ ਜੀ, ਅਸੀਂ ਆਪਣੀ ਬੇਟੀ ਦੇ ਬਾਰੇ ਆਪ ਹੀ ਸੋਚਣਾ ਹੈ, ਹੋਰ ਕੌਣ ਸੋਚੇਗਾ? ਦੇਖੋ ਜੀ, ਅਸੀਂ ਕਿੰਨੇ ਮੁੰਡੇ ਦੇਖ ਚੁੱਕੇ ਹਾਂ, ਕਿਸੇ ਦਾ ਕੁਝ ਤੇ ਕਿਸੇ ਦਾ ਕੁਝ, ਹੁਣ ਸਾਨੂੰ ਕਿਤੇ ਨਾ ਕਿਤੇ ਤਾਂ ਸਮਝੌਤਾ ਕਰਨਾ ਹੀ ਪੈਣਾ ਨਾ। ਸਮਝੌਤਾ ਕਰੋ, ਸਮਝੌਤੇ ਵਾਸਤੇ ਨਹੀਂ ਮੈਂ ਕਹਿੰਦਾ ਕਿ ਸਮਝੌਤਾ ਨਾ ਕਰੋ, ਪੜ੍ਹਾਈ ਲਿਖਾਈ, ਕਾਰੋਬਾਰ, ਹੋਰ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਸਮਝੌਤਾ ਹੋ ਸਕਦਾ, ਪਰ ਜਿਹੜੀ ਇਹ ਦਹੇਜ ਵਾਲੀ ਗੱਲ ਹੈ, ਇਹ ਮੇਰੇ ਬਿਲਕੁਲ ਅਸੂਲਾਂ ਦੇ ਉਲਟ ਹੈ। ਦੇਖੋ ਜੀ, ਇਸ ਤੋਂ ਉਲਟ ਤਾਂ ਮੈਂ ਵੀ ਬਹੁਤ ਹਾਂ, ਪਰ ਫਿਰ ਵੀ ਅਸੀਂ ਬੱਚੀ ਨੂੰ ਕਿੰਨੀ ਦੇਰ ਤੱਕ ਘਰ ਬਿਠਾਈ ਰੱਖਾਂਗੇ? ਅਕਾਲ ਪੁਰਖ ਵਾਹਿਗੁਰੂ, ਤੁਸੀਂ ਕਿਰਪਾ ਕਰ, ਰੋਜ਼ ਰੋਜ਼ ਦੀ ਇਸ ਨਮਾਇਸ਼ ਤੋਂ ਮੈਂ ਪਰੇਸ਼ਾਨ ਹੋ ਗਿਆ ਹਾਂ। ਗਰੀਬ ਦੇ ਘਰ ਤਾਂ ਬੱਚੀ ਜਨਮ ਹੀ ਨਾ ਲਵੇ, ਰਿਸ਼ਤੇ ਲਈ ਨਵੀਆਂ ਨਵੀਆਂ ਮੁਸੀਬਤਾਂ ਚੱਲਣੀਆਂ ਪੈਂਦੀਆਂ ਨੇ। ਲੜਕੇ ਵਾਲੇ ਤਾਂ ਇਉਂ ਪੇਸ਼ ਆਉਂਦੇ ਨੇ ਜਿਵੇਂ ਅਸੀਂ ਉਹਨਾਂ ਦੇ ਕਰਜ਼ਦਾਰ ਹੋਈਏ, ਪਤਾ ਨਹੀਂ ਇਹ ਕਦੋਂ ਤੱਕ ਲੜਕੀ ਵਾਲਿਆਂ ਨੂੰ ਜਾਤੀਆਂ ਝੱਲਣੀਆਂ ਪੈਣਗੀਆਂ। ਕਿਰਪਾ ਕਰ ਵਾਹਿਗੁਰੂ।
ਇਹ ਲੈ ਕਾਕਾ ਤਨਵੀਰ ਸਿੰਘ। ਇਹ ਕੀ ਹੈ ਪਾਪਾ, ਇਹ ਕਿਹੜੇ ਕਾਗਜ਼ ਹਨ? ਬੇਟੇ ਇਹ ਆਪਣੇ ਘਰ ਦੀ ਰਜਿਸਟਰੀ ਦੇ ਕਾਗਜ਼ ਨੇ, ਇਹਨਾਂ ਨੂੰ ਤੂੰ ਗਿਰਵੀ ਰੱਖ ਕੇ ਤੇ ਕੁਝ ਪੈਸਿਆਂ ਦਾ ਅਰੇਂਜ ਕਰ, ਆਪਾਂ ਸਿਮਰਨ ਦੇ ਵਿਆਹ ਦੀਆਂ ਤਿਆਰੀਆਂ ਵੀ ਕਰਨੀਆਂ ਹਨ। ਹੈਂ, ਅਸੀਂ ਆਪਣਾ ਘਰ ਗਿਰਵੀ ਰੱਖ ਰਹੇ? ਤਨਵੀਰ ਸਿੰਘ, ਇਸ ਤੋਂ ਬਗੈਰ ਆਪਣੇ ਕੋਲ ਕੋਈ ਹੱਲ ਵੀ ਨਹੀਂ। ਮੈਂ ਤੇ ਜੋ ਬੈਂਕ ਵਿੱਚ ਪੈਸਾ ਜੋੜਿਆ ਸੀ ਉਹ ਤੁਹਾਡੀਆਂ ਪੜ੍ਹਾਈਆਂ ਤੇ ਖਰਚ ਕਰ ਚੁੱਕਿਆ ਹਾਂ। ਮੇਰੇ 'ਚ ਇੰਨੀ ਹੈਸੀਅਤ ਨਹੀਂ ਕਿ ਮੈਂ ਆਪਣੇ ਬੱਚਿਆਂ ਦੇ ਵਿਆਹ ਧੂਮ ਧੜੱਕੇ ਨਾਲ ਕਰ ਸਕਾਂ। ਤੇ ਤੈਨੂੰ ਪਤਾ ਹੀ ਹੈ ਕਿ ਭਾਟੀਆ ਸਾਹਿਬ ਕਹਿੰਦੇ ਸੀ ਕਿ ਵਿਆਹ ਬਹੁਤ ਅੱਛਾ ਹੋਣਾ ਚਾਹੀਦਾ ਹੈ। ਤੇਰੀ ਮੰਮੀ ਠੀਕ ਹੀ ਕਹਿੰਦੀ ਸੀ ਕਿ ਤੁਹਾਨੂੰ ਆਪਣੇ ਅਸੂਲ ਛੱਡਣੇ ਪੈਣੇ ਹਨ। ਬੇਟੇ ਮੈਂ ਤੇ ਹਾਰ ਗਿਆ ਹਾਂ, ਤੂੰ ਕੁਛ ਅਰੇਂਜ ਕਰ ਇਸ ਦਾ। ਉਹ ਜੀਜਾ ਜੀ, ਮੇਰੀ ਭੈਣ ਨਹੀਂ ਆਈ। ਹੁਣ ਤੁਹਾਨੂੰ ਭੈਣ ਦੀ ਯਾਦ ਆ ਗਈ? ਉਦੋਂ ਕਿੱਥੇ ਸੀ ਜਦੋਂ ਕੱਲੇ ਕੱਲੇ ਮੁੰਡੇ ਵਾਸਤੇ ਕੁੜੀਆਂ ਦੇਖਦੇ ਸੀ? ਭੈਣ ਵੀ ਆਜੂ, ਕੋਈ ਗੱਲ ਨੀ। ਗਲਤੀ ਹੋ ਗਈ, ਕੋਈ ਗੱਲ ਨੀ, ਤੁਸੀਂ ਨਿਬੇੜ ਲਓ ਆਪਣਾ ਫੰਕਸ਼ਨ। ਠੰਡੇ ਰਹੋ ਬੇਟਾ, ਮੈਂ ਕੀ ਕਰਨਾ ਤੁਹਾਡੇ ਨਾਲ, ਕੋਈ ਗੱਲ ਨੀ, ਠੰਡ ਰੱਖੋ, ਖਾ ਲੈਣੇ ਭਾਜੀ, ਖਾ ਲੈਣੇ, ਲਓ ਖਾਓ।
की गल हुण तुहाडी भैण नहीं आई गल्लां करदे सी मेरे वीर दियां ठंडी रहा कर ठंडी हां ओ मैं की करा मेरी तां अद्धी जिंदगी इहनां नूं मनाउण च ही लंघ गई ओ इकबाल सिंह जी इधर आओ तुसी यार ਹੋਰ ਇਕਬਾਲ ਸਿੰਘ ਜੀ ਸਭ ਠੀਕ ਠਾਕ ਆ ਨਾ ਇਹ ਤਾਂ ਵੀਰ ਜੀ ਤੁਸੀਂ ਦੱਸਣਾ ਹੈ ਕਿ ਕਿਸੇ ਚੀਜ਼ ਦੀ ਕੋਈ ਕਮੀ ਤਾਂ ਨਹੀਂ ਰਹਿ ਗਈ ਉਹ ਕਮੀ ਤਾਂ ਅਸੀਂ ਆਪੇ ਲੱਭ ਲਾਂਗੇ ਕਮੀ ਦੀ ਨਾ ਚਿੰਤਾ ਕਰ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਹੱਤਕ ਨਹੀਂ ਹੋਣੀ ਚਾਹੀਦੀ ਨਹੀਂ ਵੀਰ ਜੀ ਤੁਹਾਡੀ ਇੱਜ਼ਤ ਸਾਡੀ ਇੱਜ਼ਤ ਅਸੀਂ ਗੁਸਤਾਖੀ ਕਰ ਸਕਦੇ ਹਾਂ ਬਸ ਧਿਆਨ ਰੱਖਣਾ ਸਾਰਿਆਂ ਦਾ ਮੈਂ ਕਿਹਾ ਜੀ ਚਿੰਤਾ ਨਾ ਕਰੋ ਕਿੱਥੇ ਘੜੀਸੀ ਜਾਂਦੇ ਹੋ ਮੈਨੂੰ ਭੰਗੜਾ ਪਾ ਲੈਣ ਦੋ ਮੁੰਡੇ ਦੇ ਵਿਆਹ ਚ ਉਹ ਭਾਟਿਆ ਤੇਰੇ ਵਰਗਾ ਬਸ਼ਰਮ ਤਾਂ ਮੈਂ ਨਹੀਂ ਦੇਖਿਆ ਆਪਣੀ ਬੇਇੱਜ਼ਤੀ ਕਰਾ ਕੇ ਆਪ ਹੀ ਨੱਚੀ ਜਾਣਾ ਉਹ ਕੀ ਹੋ ਗਿਆ ਜੀਜਾ ਜੀ ਕੀ ਹੋ ਗਿਆ ਉਹ ਜੇ ਬਿਨਾਂ ਕਾਰ ਤੋਂ ਵਿਆਹ ਕਰਾਣਾ ਸੀ ਤਾਂ ਪਹਿਲਾਂ ਹੀ ਕਰ ਲੈਂਦਾ ਮੁੰਡੇ ਦਾ ਵਿਆਹ ਇੰਨੇ ਸਾਲ ਉਡੀਕਣ ਦੀ ਕੀ ਲੋੜ ਸੀ ਉਹ ਜੀਜਾ ਜੀ ਗੱਲ ਤਾਂ ਤੁਹਾਡੀ ਠੀਕ ਹੈ ਮੈਂ ਹੁਣੇ ਜਾ ਕੇ ਗੱਲ ਕਰ ਲੈਣਾ ਤੁਸੀਂ ਫਿਕਰ ਨਾ ਕਰੋ ਸਰਦਾਰ ਸਾਹਿਬ ਮੈਂ ਤੁਹਾਨੂੰ ਕੁਝ ਕਿਹਾ ਸੀ ਮੈਨੂੰ ਲੱਗਦਾ ਤੁਸੀਂ ਗੌਰ ਨਹੀਂ ਕੀਤੀ ਹੁਕਮ ਕਰੋ ਸਰਦਾਰ ਸਾਹਿਬ ਕੀ ਗੁਸਤਾਖੀ ਹੋ ਗਈ ਮੈਂ ਤੁਹਾਡੇ ਤੋਂ ਇੱਕ ਵੱਡੀ ਚੀਜ਼ ਮੰਗੀ ਸੀ ਮੈਂ ਬਾਹਰ ਸਾਰੇ ਚੱਕਰ ਕੱਟ ਕੇ ਆਇਆ ਮੈਨੂੰ ਕਿਤੇ ਵੱਡੀ ਚੀਜ਼ ਨਜ਼ਰ ਨਹੀਂ ਆਈ ਸਰਦਾਰ ਸਾਹਿਬ ਸਾਰੀਆਂ ਚੀਜ਼ਾਂ ਤਾਂ ਅੰਦਰ ਲਿਆ ਕੇ ਰੱਖ ਦਿੱਤੀਆਂ ਨੇ ਉਹ ਇਹੋ ਜਿਹੀਆਂ ਚੀਜ਼ਾਂ ਤਾਂ ਮੈਂ ਆਪਦੀ ਭੈਣ ਦੀ ਐਨਵਰਸਰੀ ਤੇ ਦੇ ਦੇਣਾ ਉਹਨਾਂ ਜਿਹੜੀਆਂ ਤੁਸੀਂ ਸ਼ਗਨ ਤੇ ਦੇਣ ਲੱਗੇ ਹੋ ਮੈਂ ਤੁਹਾਡੇ ਕੋਲੋਂ ਗੱਡੀ ਮੰਗੀ ਸੀ ਗੱਡੀ ਹੈਲੀਕਾਪਟਰ ਨਹੀਂ ਸੀ ਮੰਗਿਆ ਇੱਕ ਗੱਡੀ ਦੀ ਹੀ ਮੰਗ ਕੀਤੀ ਸੀ ਬਹੁਤ ਕੋਸ਼ਿਸ਼ ਕੀਤੀ ਪਰ ਚਾਹੁੰਦਾ ਹੋਇਆ ਵੀ ਤੁਹਾਡੀ ਇਹ ਮੈਂ ਮੰਗ ਨਹੀਂ ਪੂਰੀ ਕਰ ਸਕਿਆ ਮੈਂ ਬਹੁਤ ਸ਼ਰਮਿੰਦਾ ਹਾਂ ਮੈਂ ਜਲਦੀ ਤੁਹਾਡੀ ਇਹ ਡਿਮਾਂਡ ਪੂਰੀ ਕਰਦੇ ਹਾਂ ਬੇਲੇ ਦਾ ਰਾਗ ਤੇ ਕਬੇਲੇ ਦੀਆਂ ਟੱਕਰਾਂ ਆ ਭਰੀ ਬਰਾਦਰੀ 'ਚ ਮੇਰਾ ਨੱਕ ਕਟਾ ਕੇ ਰੱਖਤਾ ਤੂੰ ਉਹ ਲੋਕੀ ਕੀ ਕਹਿਣਗੇ ਬਈ ਭਾਟੀਆ ਨੇ ਮੁੰਡਾ ਵਿਆਹਿਆ ਲੱਗਦਾ ਸਮਝੌਤਾ ਕੀਤਾ ਹੈ ਉਹ ਚੱਕਰਾ ਇੱਧਰ ਆ ਤੂੰ ਯਾਰ ਕਿੱਥੇ ਮਰ ਗਿਆ ਉਹ ਵੀਰੇ ਇਹ ਡੈਡੀ ਨੂੰ ਕੀ ਹੋ ਗਿਆ ਐਵੇਂ ਡਰਾਮੀਆਂ ਡਰਾਮੀਆਂ ਜਿਹੀਆਂ ਆਵਾਜ਼ਾਂ ਕੱਢੀਆਂ ਯਾਰ ਡੈਡੀ ਜੀ ਹਰ ਵੇਲੇ ਕੋਈ ਨਾ ਕੋਈ ਨਵੀਂ ਪਸੂੜੀ ਪਾ ਹੀ ਛੱਡਦੇ ਨੇ ਪਤਾ ਨਹੀਂ ਕੀ ਕਰੀ ਜਾਂਦੇ ਨੇ ਕੌਣ ਸਮਝਾਵੇ ਕੀ ਗੱਲ ਹੋ ਗਈ ਜੀਜਾ ਜੀ ਕੀ ਹੋ ਗਿਆ ਤੁਹਾਨੂੰ ਐਵੇਂ ਲੋਹੇ ਲਾਖੇ ਹੋਏ ਫਿਰਦੇ ਹੋ ਪੂਰਾ ਬੈਂਕ ਢਾਲ ਸਿਰ ਤੇ ਚੱਕ ਲਿਆ ਕੀ ਹੋ ਗਿਆ ਤੁਹਾਨੂੰ ਮੈਂ ਤੈਨੂੰ ਕੀ ਕਿਹਾ ਸੀ ਬਈ ਮੈਨੂੰ ਵਧੀਆ ਰਿਸ਼ਤਾ ਚਾਹੀਦਾ ਵਧੀਆ ਓਏ ਉਹ ਜੇ ਗੁਰਮੁਖ ਲੱਭਣੇ ਨਹੀਂ ਤੁਹਾਨੂੰ ਲਾਲਟਨ ਲੈ ਕੇ ਜਾਓਗੇ ਨਾ ਤਾਂ ਵੀ ਨਹੀਂ ਲੱਭਣੇ ਮੈਂ ਗੁਰਦੁਆਰੇ ਪਾਠ ਨਹੀਂ ਕਰਾਉਣਾ ਗੁਰਮੁਖਾਂ ਤੋਂ ਮੈਂ ਹੈਲੀਕਾਪਟਰ ਨਹੀਂ ਮੰਗ ਲਿਆ ਮੈਂ ਇੱਕ ਕਾਰ ਮੰਗੀ ਆ ਲਾਲ ਰਿਬਨ ਬੰਨਿਆ ਵੱਡੀ ਗੱਡੀ ਬਸ ਇੱਕ ਛੋਟੀ ਜੀ ਚੀਜ਼ ਹੋਰ ਕੀ ਗੱਡੀ ਨਹੀਂ ਤਾਂ ਨਾ ਸੀ ਘੱਟੋ ਘੱਟ ਮੇਰੇ ਸਾਲੇ ਨੂੰ ਪਾਇਓ ਦੀ ਲਿਫਟ ਹੀ ਲਵਾ ਦਿਓ ਉਹਨਾਂ ਦੇ ਕੋਠੇ ਚੜਨ ਦੇ ਕੰਮ ਤਾਂ ਆਊ ਮੈਂ ਤੁਹਾਨੂੰ ਕਿਹਾ ਸੀ ਇਹ ਸਿਰਫ ਤੇ ਸਿਰਫ ਕੁੜੀ ਦੇਣਗੇ ਤੇ ਵਿਆਹ ਚੰਗਾ ਕਰਨਗੇ ਇਹ ਕੋਈ ਡਿਮਾਂਡਾਂ ਡਿਮੁੰਡਾਂ ਇਹਨਾਂ ਅੱਗੇ ਨਾ ਰੱਖਿਓ ਪਾਪਾ ਨੇ ਤਾਂ ਤੁਹਾਡੀਆਂ ਡਿਮਾਂਡਾਂ ਪੂਰੀਆਂ ਕਰਨ ਲਈ ਘਰ ਤਾਂ ਗਿਰਵੀ ਰੱਖਤਾ ਉਹ ਤੂੰ ਚੁੱਪ ਕਰ ਓਏ ਅੱਜ ਕੱਲ ਤਾਂ ਸਾਲੀਆਂ ਭਈਆਂ ਦੇ ਘਰੇ ਕਾਰਾਂ ਆ ਜਾਂਦੀਆਂ ਨੇ ਅਸੀਂ ਤਾਂ ਪਾਟੀਏ ਆ ਪਾਟੀਏ ਤੂੰ ਬੇਟੇ ਕੁਛ ਨਾ ਬੋਲ ਚੁੱਪ ਪਾਟੀਆ ਸਾਹਿਬ ਮੈਂ ਤੁਹਾਡੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰ ਦੂੰ ਮੇਰੀ ਵੀ ਬਰਾਦਰੀ 'ਚ ਇੱਜ਼ਤ ਆ ਮੇਰੀ ਸਾਰੀ ਬਰਾਦਰੀ 'ਚ ਇੱਜ਼ਤ ਆ ਤੇ ਪਲੀਜ਼ ਫੰਕਸ਼ਨ ਲੰਘ ਲੈਣ ਦਿਓ ਮੈਂ ਤੁਹਾਡੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰ ਦੂੰ ਉਹ ਫੰਕਸ਼ਨ ਨਿਕਲਣ ਤੋਂ ਬਾਅਦ ਕੌਣ ਕਿਸੇ ਨੂੰ ਪੁੱਛਦਾ ਫਾਲਤੂ ਗੱਲਾਂ ਨਾ ਕਰ ਮੇਰੇ ਨਾਲ ਮੈਂ ਤੁਹਾਡੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰ ਦੂੰਗਾ ਮੇਰੀ ਬੱਚੀ ਮੇਰੀ ਬੱਚੀ
जेकर दाज लेना पाप है तो दाज देना उस तो भी वड्डा पाप। इस तरह करके तो पापा ऐसी फीमे फीटी साइड वर्गे अपराध नो तो होर वादा दे रहे हैं। ओ कोई एनु चुप कराऊगा के आई बोली जाऊगी। डैडी चुप रहो। ठीक नहीं कह रही है। ओ की ठीक कह रही है? केड़ी ठीक गल कर रही है ओ? आहो जे बंदा दाज मंगूगा जे तियां नु एदा दाज देना पएगा ता कोखे तियां मारनगे ना। ए फीमेल फिटनेस दा कारण बन रहा है दाज देना। ओ यार दाज ते भ्रूण हत्या ए दोनों अलग-अलग चैप्टर ने। इना नु क्लब ना करो तुसी। ए काम ना करो तुसी। ए बच्ची बिल्कुल ठीक कह रही है। इने सच कहण दी जुरत विखाई है। ਦਾਜ ਦੇ ਲੋਭੀ ਇਹ ਗੱਲ ਨੂੰ ਨਹੀਂ ਸਮਝ ਸਕਦੇ ਕਿ ਦਾਜ ਤੇ ਭਰੂਣ ਹੱਤਿਆ ਦਾ ਕੀ ਲਿੰਕ ਹੈਗਾ ਏ। ਦਾਜ ਤੇ ਭਰੂਣ ਹੱਤਿਆ ਦਾ ਲਿੰਕ ਸੁਣਨਾ ਜੇ ਤੇ ਸੁਣੋ ਕੀ ਹੁੰਦਾ ਏ। ਜਦੋਂ ਬੱਚੀ ਜੰਮਦੀ ਏ ਤੇ ਜਦੋਂ ਬੱਚੀ ਵਿਆਹਣ ਦੇ ਯੋਗ ਹੋ ਜਾਂਦੀ ਏ ਦਾਜ ਦੇ ਨਾਂ ਤੇ ਪਰਿਵਾਰ ਦੀ ਸੇਵਾ ਬਰਾਤ ਦੀ ਸੇਵਾ ਰੱਜ ਕੇ ਕੀਤੀ ਜਾਵੇ। ਮਹਿੰਗੇ ਰਿਸੋਰਟਾਂ ਵਿੱਚ ਵਿਆਹ ਹੋਵੇ, ਕਾਕਟੇਲ ਪਾਰਟੀ ਹੋਵੇ, ਉਹਦਾ ਰੋਕਾ ਹੋਵੇ, ਉਹਦੀ ਰਿੰਗ ਸੈਰਾਮਨੀ ਹੋਵੇ, ਉਹਦਾ ਠਾਕਾ ਹੋਵੇ, ਉਹਦਾ ਪਾਕਾ ਹੋਵੇ, ਪੰਜ ਪੰਜ ਛੇ ਛੇ ਫੰਕਸ਼ਨ ਕੀਤੇ ਜਾਂਦੇ ਨੇ ਤੇ ਹੋਰ ਕਈ ਤਰ੍ਹਾਂ ਦੀਆਂ ਡਿਮਾਂਡਸ ਕਰਕੇ ਲੜਕੀ ਵਾਲਿਆਂ ਦਾ ਸ਼ੋਸ਼ਣ ਕਰ ਰਹੇ ਨੇ। ਤੇ ਆਪਾਂ ਗੁਰੂ ਸਾਹਿਬ ਦੇ ਪੰਜ ਕੱਕੇ ਛੱਡ ਕੇ ਇੱਕ ਹੋਰ ਜਿਹੜੇ ਨਵੇਂ ਪੰਜ ਕੱਕੇ ਨੇ ਆਪਾਂ ਉਹ ਧਾਰਨ ਕਰ ਲਏ ਨੇ। ਕੁੜੀ, ਕੋੜੀ, ਸ਼ਰਾਬ, ਕੁੱਕੜ, ਕਾਰ ਤੇ ਕੋਠੀ, ਇਹਨਾਂ ਦੇ ਧਾਰਨ ਹੀ ਬਣਦੇ ਜਾ ਰਹੇ ਆ। ਐਡੀ ਵੱਡੀ ਡਿਮਾਂਡ ਨਹੀਂ ਸੀ ਮੇਰੀ, ਇੱਕੋ ਡਿਮਾਂਡ ਸੀ ਕਾਰ ਦੀ, ਉਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਸੀ ਮੰਗਿਆ। ਅੰਕਲ ਤੁਸੀਂ ਸਾਡੀ ਕਮਜ਼ੋਰੀ ਤੇ ਸ਼ਰਾਫਤ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹੋ। ਜੇ ਜ਼ੁਲਮ ਕਰਨਾ ਗੁਨਾਹ ਹੈ ਨਾ ਤੇ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਗੁਨਾਹ ਹੈ। ਮੇਰੇ ਪਾਪਾ ਨੇ ਤੁਹਾਡੀਆਂ ਡਿਮਾਂਡਸ ਪੂਰੀਆਂ ਕਰਨ ਲਈ ਕੀ ਨਹੀਂ ਕੀਤਾ, ਆਪਣਾ ਘਰ ਤਾਂ ਗਿਰਵੀ ਰੱਖਤਾ। ਜੇ ਉਹ ਆਪਣੇ ਆਪ ਨੂੰ ਵੀ ਵੇਚ ਦੇਣ ਨਾ ਤਾਂ ਵੀ ਤੁਸੀਂ ਖੁਸ਼ ਨਹੀਂ ਹੋ ਸਕਦੇ। ਗੁਰਸੇਵਕ ਨੇ ਵੀ ਕਿਹਾ ਸੀ ਤੇ ਮਾਮਾ ਜੀ ਵੀ ਕਹਿੰਦੇ ਸਨ। ਕਾਕੇ ਦਾਜ ਲੈਣਾ ਸਾਰੀ ਉਮਰ ਗੁਜ਼ਾਰਾ ਨਹੀਂ ਹੁੰਦਾ, ਨਾਲੇ ਜੀ ਨੂੰ ਆਪਣੀ ਕਮਾਈ ਤੋਂ ਸੰਤੁਸ਼ਟੀ ਨਹੀਂ ਰਹੇਗੀ, ਉਹ ਕਿਸੇ ਦੇ ਤੇ ਕੀ ਖੁਸ਼ ਹੋਏਗਾ। ਹੈ ਯਾਰ ਤੂੰ ਦਾਜ ਲੈ ਕੇ ਕੀ ਕਰੇਗਾ, ਬੜੇ ਸ਼ਰਮ ਦੀ ਗੱਲ ਹੈ ਯਾਰ। ਬਸ ਕਰੋ ਮਾਮਾ ਜੀ, ਬਸ ਕਰੋ, ਬਸ ਕਰੋ ਡੈਡੀ ਜੀ, ਮੈਨੂੰ ਦਾਜ ਬਿਲਕੁਲ ਨਹੀਂ ਚਾਹੀਦਾ। ਮੈਂ ਦਾਜ ਨਹੀਂ, ਕੋਈ ਧੇਲਾ ਨਹੀਂ, ਮੈਂ ਕੁਛ ਵੀ ਨਹੀਂ ਲੈਣਾ। ਵਿਆਹ ਹੁੰਦਾ ਹੋਵੇ ਨਹੀਂ ਤਾਂ ਮੈਂ ਕੋਰੇ ਹੀ ਰਹਿ ਜਾਣਾ, ਮੈਂ ਵਿਆਹ ਹੀ ਨਹੀਂ ਕਰਾਣਾ। ਬਸ ਪਾਪਾ, ਮੇਰੇ ਤੋਂ ਹੁਣ ਹੋਰ ਬੇਇੱਜ਼ਤੀ ਬਰਦਾਸ਼ਤ ਨਹੀਂ ਹੁੰਦੀ। ਮੈਂ ਇਹੋ ਜਿਹੇ ਦਹੇਜ ਦੇ ਭੇੜੀਆਂ ਅੱਗੇ ਤੁਹਾਡੀ ਪੱਗ ਨੂੰ ਰੁਲਦੇ ਹੋਏ ਨਹੀਂ ਦੇਖ ਸਕਦੀ। ਜਿਸ ਕੁੜੀ ਨੂੰ ਤੁਸੀਂ ਅੱਜ ਤੱਕ ਆਪਣਾ ਜਿਗਰ ਦਾ ਟੁਕੜਾ ਸਮਝ ਕੇ ਆਪਣੇ ਕੋਲ ਸਾਂਭ ਕੇ ਰੱਖਿਆ, ਇੰਨੇ ਪਿਆਰ ਨਾਲ ਰੱਖਿਆ, ਇਹਨਾਂ ਨੇ ਉਹਦਾ ਕੋਈ ਮੁੱਲ ਨਹੀਂ ਪਾਇਆ। ਚਲੋ ਇੱਥੋਂ ਚੱਲੀਏ। ਹਾਂ ਓਏ, ਕਿਹਨੂੰ ਦਾਜ ਚਾਹੀਦਾ ਇੱਥੇ? ਕਿਹਨੇ ਕੀਤਾ ਸੀ ਫੋਨ? ਮੈਂ ਕੀਤਾ ਸੀ ਫੋਨ। ਲੈ ਜਾਓ ਇਹਨਾਂ ਨੂੰ, ਇਹਨਾਂ ਨੇ ਮੇਰੇ ਪਾਪਾ ਦੀ ਬਹੁਤ ਬੇਇੱਜ਼ਤੀ ਕੀਤੀ ਹੈ। ਅਸੀਂ ਇਹਨਾਂ ਦੀਆਂ ਕਿੰਨੀਆਂ ਮੰਗਾਂ ਪੂਰੀਆਂ ਕੀਤੀਆਂ, ਪਰ ਇਹ ਤਾਂ ਵਧੀ ਹੀ ਜਾ ਰਹੇ ਨੇ। ਹਾਂ ਵੀ, ਤੈਨੂੰ ਪਾਈਏ ਗੱਡੀ 'ਚ। ਠਹਿਰੋ ਥਾਣੇਦਾਰ ਸਾਹਿਬ, ਰੁਕੋ ਰੁਕੋ, ਪਹਿਲੇ ਦੋਨਾਂ ਧਿਰਾਂ ਨੂੰ ਪੁੱਛ ਲਓ ਮਸਲਾ ਕੀ ਏ। ਹਾਂ ਵੀ ਬਿੱਲਿਆ, ਤੂੰ ਦਾਜ ਦੀ ਮੰਗ ਕੀਤੀ ਏ? ਨਹੀਂ, ਮੈਂ ਦਾਜ ਨਹੀਂ ਮੰਗਿਆ, ਡੈਡੀ ਜੀ ਨੇ ਮੰਗਿਆ। ਹਾਂਜੀ ਭਾਟੀਆ ਸਾਹਿਬ, ਤੁਸੀਂ ਦਾਜ ਦੀ ਮੰਗ ਕੀਤੀ ਏ? ਤੁਸੀਂ ਬਿੱਲੇ ਦੇ ਵਿਆਹ ਦੇ ਮੌਕੇ ਨੀਚਤਾ ਦੀ ਹੱਦ ਪਾਰ ਕਰ ਦਿੱਤੀ ਏ। ਤੁਸੀਂ ਆਪਣੇ ਰੁਤਬੇ ਦਾ ਰੋਹ ਪਾ ਕੇ ਜਾਤ ਬਰਾਦਰੀ ਦੇਖ ਕੇ ਸੋਹਣੀ ਨੂੰਹ ਤਾਂ ਲਿਆ ਸਕਦੇ ਹੋ, ਚੰਗਾ ਦਾਜ ਵੀ ਲੈ ਸਕਦੇ ਹੋ, ਸਮਾਜ ਦੀ ਵਾਹ ਵਾਹ ਵੀ ਲੈ ਸਕਦੇ ਹੋ, ਪਰ ਇੱਕ ਗੱਲ ਦੱਸੋ, ਗੁਰੂ ਨੂੰ ਕੀ ਮੂੰਹ ਦਿਖਾਓਗੇ? ਤੁਹਾਨੂੰ ਕੀ ਚਾਹੀਦਾ? ਸਾਨੂੰ ਤਾਂ ਜੀ ਸਿਰਫ ਬੇਟੀ ਹੀ ਚਾਹੀਦੀ ਹੈ। ਪਹਿਲਾਂ ਚੰਗੀ ਤਰ੍ਹਾਂ ਵਿਚਾਰ ਕਰ ਲੋ, ਚਾਹੀਦਾ ਤਾਂ ਨਹੀਂ ਦਾਜ? ਮੈਨੂੰ ਕੋਈ ਦਾਜ ਨਹੀਂ ਚਾਹੀਦਾ। ਸਰਦਾਰ ਇਕਬਾਲ ਸਿੰਘ ਜੀ, ਜੇ ਤੁਹਾਡੀ ਬੇਟੀ ਨੂੰ ਧੀ ਬਣਾਉਣ ਲਈ ਤਿਆਰ ਹੋ ਜਾਣ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ। ਠੀਕ ਹੈ ਜੀ, ਦੋਨਾਂ ਨੂੰ ਮਨਜ਼ੂਰ ਹੈ।
जे दोनों तेरा मंजूर है तो क्यों ना इस रिश्ते की नवी शुरुआत करिए। क्यों थानेदार साहब, जे दोनों तेरा राजी ने तो असं क्यों गल थाने लैके जाइए। सगो दोनों तेरा शुभकामनावां देंदे होए आने वाला समा इन्हां लई सुखी बतीत होवे ये कामना करिए। ठीक है भाटिया साहब, मंजूर है? मंजूर है जी, मंजूर है। ਵਧਾਈਆਂ ਜੀ, ਵਧਾਈਆਂ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ ਬਿੱਲਿਆ, ਬਹੁਤ ਬਹੁਤ ਵਧਾਈਆਂ।